हाँ जी सर, डैड नू मेरे नू थोड़ा ड्रिंक दी हैबिट है। उन्हां दी किन्नी बारी होया उन्होंने मेरिया किताबा भगा के मार दे सीगे कि रख्या पढ़ाई च की बन जाना, कुछ नहीं होना हैगा। ते ओ ते मैं सोचती हुंदी सी कि यार मैं LLB करदी पई आ, मेरे ते कोई प्राउड क्यों नहीं करदा पिया। ਘਰੇ ਵੀ ਇੱਦਾਂ ਹੁੰਦਾ ਸੀ ਕਿ ਵਕੀਲ ਹੁੰਦੇ ਨੇ ਜਿਹੜੇ, ਉਹਨਾਂ ਕੋਲ ਕਿਹੜਾ ਪੈਸੇ ਹੁੰਦੇ ਨੇ, ਇੱਥੇ ਕਿਹੜਾ ਪੈਸੇ ਆਉਣੇ ਨੇ, ਅਤੇ ਤੂੰ ਕਾਲ ਸੈਂਟਰ ਵਿੱਚ ਜੋਬ ਕਰ ਲਾ, ਉੱਥੇ 10-15 ਹਜ਼ਾਰ ਰੁਪਇਆ ਮੋਹਾਲੀ 'ਚ ਮਿਲ ਜਾਂਦਾ ਏ। ਅਤੇ ਉਹ ਸਾਡੇ ਹਾਲਾਤ ਸਰ ਕੁਛ ਇੱਦਾਂ ਦੇ ਸੀਗੇ ਕਿ ਉਹ 10 ਹਜ਼ਾਰ ਰੁਪਇਆ ਵੀ ਸਾਡੇ ਲਈ ਬਹੁਤ ਵੱਡੀ ਅਮਾਊਂਟ ਸੀਗੀ ਜੀ। ਮੰਮਾ ਮੇਰੀ ਨੇ ਮਿਹਨਤ ਬਹੁਤ ਕੀਤੀ, ਉਹ ਦਾਈ ਬਣੇ ਦਾ ਵੀ ਕੰਮ ਕਰਦੇ ਸੀਗੇ, ਉਹਨਾਂ ਨੇ ਲੋਕਾਂ ਦੇ ਘਰੇ ਵੀ ਭਾਂਡੇ ਮਾਂਜਣੇ ਵਿਆਹਾਂ 'ਚ। ਪਰਮਿੰਦਰ ਨਾਲ ਜਾਂਦੇ ਸੀਗੇ ਤੁਸੀਂ ਜਦੋਂ ਸਾਹਿਆਂ ਦੇ ਵਿਆਹਾਂ ਤੇ ਜਾਣਾ ਇਹਨਾਂ ਨੇ? ਤੇ ਮੈਨੂੰ ਹੁੰਦਾ ਸੀਗਾ ਕਿ ਇੰਨੀ ਦੇਰ ਹੋ ਗਈ, ਲੋਕੀ ਮਮਾ ਬੈਠੇ ਹੁੰਦੇ ਸੀਗੇ ਐਵੇਂ ਭਾਂਡੇ ਗੇਰ ਕੇ ਚਲੇ ਜਾਂਦੇ ਸੀਗੇ। ਅੱਛਾ। ਉਹ ਮੈਨੂੰ ਬੜਾ ਹੁੰਦਾ ਸੀ ਕਿ ਨਹੀਂ ਤੂੰ ਜਾ, ਤੂੰ ਮੰਮੀ ਨਾਲ ਕੰਮ ਕਰਾ ਕੇ ਆਣਾ ਏ। ਟਾਈਮ ਸੀ, ਮੈਂ ਖੁਦ ਸੋਚਦੀ ਸੀ ਕਿ ਇਹ ਸਿਰਫ ਅਮੀਰ ਲੋਕਾਂ ਲਈ ਹੁੰਦਾ ਏ, ਸਾਡੇ ਵਰਗੇ ਗਰੀਬ ਲੋਕ ਨਹੀਂ ਕੁਛ ਕਰ ਸਕਦੇ। ਜਾਲੀ ਵਾਲੇ ਦਰਵਾਜ਼ੇ ਲੱਗੇ ਨੇ ਤੇ ਖਿੜਕੀਆਂ ਵੀ ਨਹੀਂ ਲੱਗੀਆਂ ਸੀਗੀਆਂ। ਅੱਛਾ। ਤੇ ਸਰਦੀਆਂ ਦਾ ਜਦੋਂ ਟਾਈਮ ਆਂਦਾ ਸੀਗਾ ਉਹ ਬਹੁਤ ਜ਼ਿਆਦਾ ਠੰਡ ਹੁੰਦੀ ਸੀਗੀ, ਔਰ ਰਾਤਾਂ ਦਾ ਅੱਜ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹ ਠੰਡ ਨੇ ਮੈਨੂੰ ਸੌਣ ਨਹੀਂ ਦਿੱਤਾ ਸੀਗਾ ਸਰ। ਪੜ੍ਹਨਾ ਪਿਆ ਸਰ, ਉਹ ਜਿਹੜੇ ਹਾਲਾਤ ਸੀਗੇ, ਮੈਨੂੰ ਇੱਦਾਂ ਹੁੰਦਾ ਸੀ ਕਿ ਮੈਂ ਆਪਦੇ ਪੈਸੇ ਇੱਥੋਂ ਬਚ ਜਾਣ, ਤੇ ਕਿਵੇਂ ਕਹਿ ਦਿੰਦੀ ਘਰਦਿਆਂ ਨੂੰ ਕਿ ਇਹ ਚੀਜ਼ ਚਾਹੀਦੀ ਆ। ਮੈਂ ਕਈ ਵਾਰੀ ਸੋਚਦੀ ਹੁੰਦੀ ਸੀਗੀ ਸਰ, ਮੇਰੇ ਫਰੈਂਡਸ ਜਿਵੇਂ ਉਹਨਾਂ ਦੇ ਹੀਟਰ ਹੁੰਦਾ ਸੀ, ਅਤੇ ਮੈਂ ਕਈ ਵਾਰੀ ਬਹਿ ਕੇ ਉਰੇ ਰੋਣਾ ਠੰਡ ਵਿੱਚ ਰਾਤ ਨੂੰ, ਮਤਲਬ ਪੂਰੀ ਕੰਬਾ ਚੜ੍ਹ ਜਾਂਦਾ ਹੁੰਦਾ ਸੀਗਾ, ਉਰੇ ਕਾਫੀ ਠੰਡੀ ਉਹ ਆਉਂਦੀ ਸੀ। ਅਤੇ ਮੈਂ ਸੋਚਦੀ ਹੁੰਦੀ ਸੀਗੀ ਯਾਰ, ਉਹ ਮਤਲਬ ਲੋਕ ਹੀਟਰਾਂ 'ਚ ਪੜ੍ਹ ਰਹੇ ਨੇ, ਕਾਸ਼ ਮੇਰੇ ਕੋਲ ਮਤਲਬ ਇੰਨਾ ਕੁ ਤਾਂ ਹੁੰਦਾ ਕਿ ਮੈਂ ਇੱਕ ਹੀਟਰ ਲੈ ਕੇ ਪੜ੍ਹ ਲਵਾਂ, ਕਿ ਪਰਮਿੰਦਰ ਤੇਰਾ ਕਿਵੇਂ ਹੋਏਗਾ, ਤੂੰ ਨਹੀਂ ਕਰ ਪਾਊਂਗੀ ਇਹ ਵਾਲੀਆਂ ਚੀਜ਼ਾਂ। ਉਹ ਕਈ ਵਾਰੀ ਹੋਣਾ ਸਰ, ਮਤਲਬ ਇਹ ਬੈੱਡ 'ਤੇ ਗੱਦਾ ਪਿਆ ਅਤੇ ਮੈਂ ਉਹ ਦਰਵਾਜ਼ੇ ਦੇ ਅੱਗੇ ਗੱਦਾ ਲਾ ਦੇਣਾ ਕਿ ਉੱਧਰ ਠੰਡੀ ਹਵਾ ਘੱਟ ਆਏਗੀ। ਹਾਂਜੀ, ਕੀ ਬਾਤ ਹੈ ਪਰਮਿੰਦਰ, ਤੇ ਪੱਖਾ ਵੀ ਨਹੀਂ ਹੈ ਉੱਪਰ? ਨਹੀਂ ਸਰ, ਪੱਖਾ ਹੁਣ ਕਿਤੇ ਲਵਾਇਆ ਜਾਂ ਸ਼ੁਰੂ ਤੋਂ ਨਹੀਂ ਹੈਗਾ? ਨਹੀਂ ਸਰ, ਇਹ ਖਰਾਬ ਹੋ ਚੁੱਕਿਆ ਸੀਗਾ। ਅੱਛਾ। ਤੇ ਕਦੇ ਲੱਗਿਆ ਹੀ ਨਹੀਂ ਹੈਗਾ ਸਰ। ਪਰਮਿੰਦਰ, ਖੁਸ਼ੀਆਂ ਤੁਹਾਡੇ ਕਰਕੇ ਆਈਆਂ ਨੇ, ਕਿਵੇਂ ਦਾ ਮਹਿਸੂਸ ਕਰਦੇ ਹੋ? ਸਰ ਅੱਜ ਲੱਗ ਰਿਹਾ ਹੈ ਕਿ ਜ਼ਿੰਦਗੀ ਜ਼ਿੰਦਗੀ ਬਣ ਗਈ ਹੈ। ਪਹਿਲਾਂ ਮੈਨੂੰ ਲੱਗਦਾ ਸੀ ਕਿ ਇੱਦਾਂ ਹੀ ਲੰਘੀ ਜਾ ਰਹੀ ਹੈ, ਪਰ ਵਾਹਿਗੁਰੂ ਦਾ ਸ਼ੁਕਰ ਹੈ। ਕਿੰਨੇ ਕਿੰਨੇ ਘੰਟੇ ਪੜ੍ਹਦੇ ਰਹੇ ਹੋ? ਸਰ ਮੇਰੀ ਸਟੱਡੀ ਤੇ 18 ਘੰਟੇ ਦੀ ਹੋ ਜਾਂਦੀ ਸੀ, ਕਿਉਂਕਿ ਮੈਂ ਕਦੇ ਬਹਿ ਕੇ ਮੈਨੂੰ ਮੌਕਾ ਨਹੀਂ ਮਿਲਿਆ ਕਿ ਮੈਂ ਕੰਟੀਨਿਊਸਲੀ ਪੜ੍ਹ ਸਕਾਂ। ਅੱਛਾ। ਮੰਮਾ ਨਾਲ ਕੱਖਾਂ ਦੀ ਪੰਡ ਲੈਣ ਜਾਣਾ, ਉਦੋਂ ਮੈਂ ਹੈੱਡਫੋਨ ਲਾ ਲੈਂਦੀ ਸੀਗੀ ਕਿ ਮੈਂ ਆਪਦੀ ਕਲਾਸਿਸ ਸੁਣ ਲਵਾਂ। ਸਰ ਮੇਰਾ ਇੱਕ ਫਰੈਂਡ ਹੈ ਜੀ ਯਾਦਵਿੰਦਰ। ਅੱਛਾ। ਤੇ ਉਹਦਾ ਬਹੁਤ ਸ਼ੁਕਰਾਨਾ ਹੈ ਸਰ, ਉਹ ਸੀਗਾ ਉਹਨੇ ਮੈਨੂੰ 5,000 ਰੁਪਇਆ ਦਿੱਤਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਪੜ੍ਹਾਈ ਕਰਨੀ ਆ ਜੁਡੀਸ਼ਰੀ ਦੀ, ਅਤੇ ਮੇਰੇ ਕੋਲ ਕਿਤਾਬ ਨਹੀਂ ਸੀਗੀ, ਹੁਣ ਵੀ ਸਰ ਇਹ ਅੱਧੀਆਂ ਕਿਤਾਬਾਂ ਨੇ। ਅਤੇ ਉਹ ਕਹਿੰਦਾ ਕੋਈ ਨਹੀਂ, ਮੈਂ ਤੈਨੂੰ ਪੈਸੇ ਦਿੰਦਾ ਏ। ਅਤੇ ਉਹਨੇ ਮੈਨੂੰ ਪੈਸੇ ਦਿੱਤੇ ਸਰ, ਮੈਂ ਸੈਕਿੰਡ ਹੈਂਡ ਬੁੱਕਸ ਲੈ ਕੇ ਆਈ ਜਿੰਨੀਆਂ ਕੁ ਆਈਆਂ, ਉਹ 5,000 ਵਿੱਚ। ਮੇਰਾ ਇੰਡੀਅਨ ਐਵੀਡੈਂਸ ਐਕਟ ਦਾ ਸਰ ਬੇਅਰ ਐਕਟ ਨਹੀਂ ਆਇਆ ਸੀ, ਅਤੇ ਉਹ ਮੇਰੇ ਤੋਂ ਕਦੇ ਜੁੜਿਆ ਹੀ ਨਹੀਂ ਹੈ ਜੀ। ਲੋਕਾਂ ਦੇ ਮਿਹਣੇ ਤਾਨੇ ਇਹ ਕਿੰਨਾ ਕੁ ਕੰਮ ਕਰ ਗਏ ਇਹ? ਮੈਨੂੰ ਲੱਗਦਾ ਸਰ ਇਹੀ ਜ਼ਿਆਦਾ ਕੰਮ ਕਰ ਗਏ ਨੇ, ਕਿਉਂਕਿ ਇੱਕ ਤਾਂ ਮੇਨ ਇਹ ਮਿਹਣਾ ਹੁੰਦਾ ਸੀ ਕਿ ਪੜ੍ਹ ਕੇ ਕਰਿਆ ਕੀ ਹੈ, ਕੱਖ ਖੋਤਦੀ ਫਿਰਦੀ ਹੈ। ਸੈਕਿੰਡਲੀ ਸਰ, ਮੈਂ ਨਾ 2-3 ਰੁਪਏ ਵਾਲਾ ਉਹ ਪੈੱਨ ਮਿਲਦਾ ਹੁੰਦਾ ਏ, ਜਿਹੜੇ ਲਾਈਨਾਂ ਜੀ ਵਾਲੇ ਪੈੱਨ ਹੁੰਦੇ ਆ, ਲਾਲ ਪੀਲੇ ਰੰਗ ਦੇ। ਹਾਂਜੀ ਹਾਂਜੀ। ਅਤੇ ਮੈਂ ਨਾ ਸਰ ਉਹ ਪੈੱਨ ਹੀ ਖਰੀਦਦੀ ਹੁੰਦੀ ਸੀਗੀ, ਅਤੇ ਮੈਂ ਦੁਕਾਨ 'ਚ ਖੜੀ ਇੱਕ ਵਾਰੀ ਪੈੱਨ ਲੈ ਰਹੀ ਪਿੰਡ ਦੀ ਦੁਕਾਨ ਤੋਂ ਹੀ, ਅਤੇ ਨਾਲ ਦੇ ਕੋਈ ਹੈਗੇ ਨੇ, ਮੈਂ ਨਾਂ ਨਹੀਂ ਲੈਣਾ। ਅਤੇ ਉਹਨਾਂ ਨੇ ਤਾਨਾ ਮਾਰਿਆ, ਕਹਿੰਦੇ 2-2 ਰੁਪਏ ਵਾਲੀ ਪੈੱਨਾਂ ਨਾਲ ਕੀ ਬਣ ਜੂੰਗੀ। ਅਤੇ ਉਹ ਵਾਲੀ ਗੱਲ ਮੈਨੂੰ ਉਸ ਦਿਨ ਜਦੋਂ ਵੀ ਮੈਂ ਉਹ ਪੈੱਨ ਚੱਕ ਕੇ ਲਿਖਦੀ ਸੀਗੀ ਉਹ ਮੈਨੂੰ ਯਾਦ ਆਉਂਦੀ ਸੀਗੀ। ਅਤੇ ਮੈਂ ਜਿੱਥੇ 4 ਘੰਟੇ ਪੜ੍ਹਨਾ ਹੁੰਦਾ ਸੀਗਾ ਮੈਂ 5 ਹੀ ਘੰਟੇ ਲਾ ਦਿੰਦੀ ਸੀਗੀ ਕਿ ਲਿਖੀ ਚੱਲ ਲਿਖੀ ਚੱਲ, ਤੂੰ ਇਹ ਪੈੱਨ ਹੀ ਉਹ ਕਰਨਗੇ। ਅਤੇ ਹੋਪ ਸੋ ਮੈਂ ਜਦੋਂ ਜੱਜ ਦੀ ਕੁਰਸੀ 'ਤੇ ਬੈਠਾਂਗੀ ਮੈਂ ਆਪਦਾ ਉਹ 2 ਰੁਪਏ ਵਾਲਾ ਪੈੱਨ ਲੈ ਕੇ ਹੀ ਬੈਠਾਂਗੀ ਸਰ।
एक कहानी उस जज्बे दी एक किस्सा वो लगन दा जिसने परमिंदर दे सुपनियां नू पूरा कीता ते इस घर नू भाग लाए। 3 फुट दी गली जिस दे विच परमिंदर अपनी पढ़ाई दा जां अपनी सफर नू जिस दी शुरुआत करदी है उसनू पूरा करन दे लई इत्थों ही रोज गुजरदी सी ते इसे ही गली दे विच आवेगी परमिंदर दी उह सरकारी गड्डी जिस दे विच हुण परमिंदर जज बन के बैठा करेगी। अज असीं कैलो पिंड आ ते परमिंदर दे तुहानूं उह घर दे हालात दिखावांगे, तुहानूं परमिंदर दे उह संघर्ष दी कहानी सुनावांगे जिसने परमिंदर नूं जज बनाया। सो परमिंदर दे घर तां खुशियां ने डेरा ला लिया आ कि परमिंदर दी मेहनत ने अज इस घर नूं भाग लाते ने, लोग वधाइयां देण वाले भी पहुँच रहे ने ते परमिंदर दे मापे ने जिहड़े कि इस वक्त फुले नहीं समा रहे। मेरे नाल परमिंदर ते परमिंदर दे मापे ने उन्हां जिहड़े कि जिन्हां ने संघर्ष किया, परमिंदर दे माता ने संघर्ष किया, परमिंदर ने संघर्ष किया ते इसे ही संघर्ष ने अज परमिंदर नूं जज बनाया। पहला तां वधाइयां जी पूरे परिवार नूं। सर थैंक यू जी। परमिंदर बड़ी खुशी हुंदी है तुहाडे वर्गे बच्चिआं नूं धीआं पुत्तां नूं देख के कि जिन्हां ने अपने माँ प्यो दे संघर्ष का सही नतीजा लेके आंदा। थैंक यू सर। तो स्ट्रगल किवें शुरुआत हुई माता जी नाल, जिहड़ा कि सानू पता लग्गिया कि माता जी व्याहां शादियां च काम करदे सीगे या नरेगा च काम करदे ने। हाँ जी। वो चीज़ां कितने ना कितने रहियां भी नहीं, ये चीज़ां तोड़नियां ने, ये लेख तोड़ने ने, ये नवें सिरों कोई जिंदगी शुरू करनी है। सर वो ਜਿਹੜੇ ਹਾਲਾਤ ਰਹੇ ਸੀਗੇ ਘਰ ਦੇ, ਮੰਮਾ ਮੇਰੀ ਨੇ ਮਿਹਨਤ ਬਹੁਤ ਕੀਤੀ, ਉਹ ਦਾਈ ਪਣੇ ਦਾ ਵੀ ਕੰਮ ਕਰਦੇ ਸੀਗੇ, ਉਹਨਾਂ ਨੇ ਲੋਕਾਂ ਦੇ ਘਰੇ ਵੀ ਭਾਂਡੇ ਮਾਂਜਣੇ ਵਿਆਹਾਂ 'ਚ, ਉੱਦਾਂ ਵੀ ਕਿਸੇ ਦੇ ਘਰੇ ਜਾ ਕੇ ਕੰਮ ਕਰ ਲੈਣਾ, ਸਿਖਾਉਣਾ ਉਹਨਾਂ ਦੇ ਵੀ ਜਾਣਾ ਜੀ। ਅੱਛਾ ਮਾਤਾ, ਜਦੋਂ ਕੱਲ੍ਹ ਚਲੋ ਅੱਗੇ ਗੱਲ ਕਰਾਂਗੇ ਦੁੱਖ ਸੁੱਖ 'ਚ ਜਾਣਾ ਹੈ ਨਾ, ਪਰ ਜਦੋਂ ਕੱਲ੍ਹ ਪਤਾ ਲੱਗਿਆ 8 ਵਜੇ ਪਰਮਿੰਦਰ ਪਤਾ ਲੱਗਿਆ, ਹਾਂਜੀ ਸਰ 8 ਵਜੇ ਪਤਾ ਲੱਗਿਆ ਤੁਹਾਨੂੰ ਵੀ ਕੁੜੀ ਜੱਜ ਬਣ ਗਈ, ਫਿਰ ਖੁਸ਼ੀ ਕਿਵੇਂ ਬਿਆਨ ਕੀਤੀ? ਮਤਲਬ ਭਾਂਡੇ ਮਾਂਜਦੇ ਲੋਕਾਂ ਦੇ ਭਾਂਡੇ ਚਮਕਾਉਂਦੇ ਚਮਕਾਉਂਦੇ ਅਸਲ ਚ ਤੁਸੀਂ ਪਰਮਿੰਦਰ ਦੀ ਕਿਸਮਤ ਚਮਕਾਤੀ। ਪਰਮਿੰਦਰ ਆਪਾਂ ਘਰ ਦਿਖਾ ਦਈਏ ਨਾਲ, ਆਪਾਂ ਸਟਰਗਲ ਦਿਖਾ ਦਈਏ ਹੈ ਨਾ, ਅਤੇ ਆ ਜਾਓ। ਸੋ ਤੁਹਾਨੂੰ ਪਰਮਿੰਦਰ ਦਾ ਘਰ ਦਿਖਾਉਣੇ, ਪਹਿਲਾਂ ਮੈਂ ਅਮਨ ਆਹ ਤਸਵੀਰ ਦਿਖਾ, ਜਿਹੜੇ ਸਥਾਨਕ ਵੱਡੇ ਆਗੂ ਨੇ ਉਹ ਪਹੁੰਚੇ ਨੇ ਪਰਮਿੰਦਰ ਨੂੰ ਵਧਾਈਆਂ ਦੇਣ ਲਈ। ਸੋ ਕਿਵੇਂ ਦੇਖਦੇ ਹੋ ਜੀ, ਛੋਟੀ ਅਸੀਂ ਕਹਿ ਦਈਏ ਕਿ ਬੱਚੀ ਸਾਡੀ ਉਮਰ ਦੀ ਛੋਟੀ ਬਛਕ ਦੀ ਆ, ਸਤਿ ਸ੍ਰੀ ਅਕਾਲ, ਪਰ ਉਹਨੇ ਨਾਮ ਨਾ ਜਿਹੜਾ ਖੱਟਿਆ ਆ ਉਹਨੇ ਇਸ ਪੂਰੇ ਇਲਾਕੇ ਨੂੰ ਬਹੁਤ ਵੱਡਾ ਕਰਤਾ। ਦੇਖੋ ਮੈਂ ਤਾਂ ਇਹ ਕਹਾਂਗੀ ਕਿ ਸਾਡੇ ਪੁਆਧ ਦੇ ਇਲਾਕੇ ਵਾਸਤੇ ਜਿਹੜਾ ਪਛੜਿਆ ਹੋਇਆ ਹੈ ਉਹਦੇ ਵਾਸਤੇ ਬਹੁਤ ਵੱਡੇ ਮਾਣ ਦੀ ਗੱਲ ਹੈ, ਮਤਲਬ ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਇੱਕ ਆਮ ਮਤਲਬ ਤੁਸੀਂ ਦੇਖੋ ਹਾਲਾਤ, ਮਤਲਬ ਇੱਕ ਗਰੀਬ ਪਰਿਵਾਰ 'ਚੋਂ ਉੱਠ ਕੇ ਅੱਜ ਕੱਲ੍ਹ ਆਪਾਂ ਬੱਚਿਆਂ ਨੂੰ ਬਹੁਤ ਵੱਡੀਆਂ ਵੱਡੀਆਂ ਸਹੂਲਤਾਂ ਦੇ ਕੇ ਪੜ੍ਹਾਉਂਦੇ ਹਾਂ ਅਤੇ ਬੱਚੇ ਫਿਰ ਵੀ ਉਨਾ ਖਿਆਲ ਨਹੀਂ ਰੱਖਦੇ, ਵੱਡੇ ਵੱਡੇ ਕੋਨਵੈਂਟ ਸਕੂਲਾਂ 'ਚ ਪੜ੍ਹਦੇ ਨੇ, ਅਤੇ ਇੱਕ ਆਮ ਪਰਿਵਾਰ 'ਚੋਂ ਬਿਲਕੁਲ ਮਤਲਬ ਆਰਥਿਕ ਤੌਰ 'ਤੇ ਟੁੱਟਿਆ ਹੋਇਆ ਪਰਿਵਾਰ ਕਹਿ ਸਕਦੇ ਹਾਂ, ਉੱਥੋਂ ਇੱਕ ਬੱਚੇ ਨੇ ਪੜ੍ਹਨਾ ਪੜ੍ਹ ਕੇ ਆਪਣੇ ਇੱਕ ਗੋਲ ਰੱਖਣਾ ਇੱਕ ਕੈਰੀਅਰ ਦਾ ਕਿ ਮੈਂ ਇੱਥੇ ਤੱਕ ਪਹੁੰਚਣਾ ਅਤੇ ਉਸ ਉਚਾਈ ਤੱਕ ਪਹੁੰਚ ਕੇ ਦਿਖਾਉਣਾ, ਇਹ ਮੈਂ ਕਹਿੰਦੀ ਸਮਾਜ ਦੀਆਂ ਸਾਡੀਆਂ ਸਾਰੀਆਂ ਬੱਚੀਆਂ ਵਾਸਤੇ ਇੱਕ ਚਾਨਣ ਮਨਾਰੇ ਦਾ ਕੰਮ ਸਾਡੀ ਬੇਟੀ ਨੇ ਕੀਤਾ ਹੈ। ਬਿਲਕੁਲ। ਅਤੇ ਸਾਨੂੰ ਮਾਣ ਹੈ ਅਤੇ ਇਹ ਵੀ ਪਰਮਾਤਮਾ ਅੱਗੇ ਦੁਆ ਕਰਾਂਗੇ ਕਿ ਜਿਹੜੀ ਬਖਸ਼ਿਸ਼ ਅੱਜ ਪਰਮਾਤਮਾ ਨੇ ਕੀਤੀ ਹੈ ਆਉਣ ਵਾਲੇ ਸਮੇਂ 'ਚ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਮਿਹਨਤ ਦੇ ਨਾਲ ਜਦੋਂ ਉਸ ਸੀਟ 'ਤੇ ਬਹਿ ਕੇ ਕੰਮ ਕਰਨਾ ਹੈ ਤਾਂ ਉਹ ਸਾਡਾ ਮਾਣ ਹੋਰ ਵੀ ਵਧੂਗਾ। ਇਹ ਸਾਨੂੰ ਪੂਰਨ ਇਹ ਉਮੀਦਾਂ ਵੱਧ ਗਈਆਂ ਤੁਹਾਡੇ ਤੋਂ ਪਰਮਿੰਦਰ, ਉਮੀਦਾਂ ਵੱਧ ਚੁੱਕੀਆਂ ਨੇ। ਅੱਛਾ ਇਹ ਅਮਨ ਇਹ ਘਰ ਦਿਖਾ ਦਿਓ, ਇਹ ਪਰਮਿੰਦਰ ਦਾ ਘਰ ਹੈ ਜਿੱਥੇ ਮੈਂ ਪਹਿਲਾਂ ਗੱਲ ਕਰ ਰਿਹਾ ਕਿ 3 ਫੁੱਟ ਦੀ ਗਲੀ ਆ ਜਿੱਥੋਂ ਪਰਮਿੰਦਰ ਰੋਜ਼ ਜਾਂਦੀ ਸੀ, ਬੱਸ ਚੜ੍ਹਦੀ ਸੀ, ਹੋਸਟਲ ਜਾਂਦੀ ਸੀ, ਪੜ੍ਹਦੀ ਸੀ, ਅਤੇ ਹੁਣ ਇਹ ਪਰਮਿੰਦਰ ਇੱਥੇ ਜੱਜ ਵਾਲੀ ਗੱਡੀ ਵੀ ਇੱਥੇ ਹੀ ਆਉਣੀ ਹੈ ਨਾ ਪਰਮਿੰਦਰ। ਪਰਮਿੰਦਰ ਖੁਸ਼ੀਆਂ ਤੁਹਾਡੇ ਕਰਕੇ ਆਈਆਂ ਨੇ, ਕਿਵੇਂ ਦਾ ਮਹਿਸੂਸ ਕਰਦੇ ਹੋ? ਸਰ ਅੱਜ ਲੱਗ ਰਿਹਾ ਕਿ ਜ਼ਿੰਦਗੀ ਜ਼ਿੰਦਗੀ ਬਣ ਗਈ ਹੈ। ਪਹਿਲਾਂ ਮੈਨੂੰ ਲੱਗਦਾ ਸੀ ਕਿ ਇੱਦਾਂ ਹੀ ਲੰਘੀ ਜਾ ਰਹੀ ਹੈ, ਪਰ ਵਾਹਿਗੁਰੂ ਦਾ ਸ਼ੁਕਰ ਹੈ, ਗੁਰਿੰਦਰਪਾਲ ਸਰ ਦਾ ਬਹੁਤ ਜ਼ਿਆਦਾ ਸ਼ੁਕਰ ਹੈ ਜੀ ਕਿ ਉਹਨਾਂ ਨੇ ਮੈਨੂੰ ਇਸ ਕਾਬਿਲ ਬਣਾਇਆ। ਜੇ ਪਰਮਿੰਦਰ ਦਾ ਘਰ ਦਿਖਾਉਣੇ ਆ ਕਿਉਂਕਿ ਹਾਲਾਤ ਦਿਖਾਉਣੇ ਬਹੁਤ ਜ਼ਰੂਰੀ ਹੈ, ਕਿਉਂਕਿ ਗੱਲਾਂ ਕੀਤੀਆਂ ਜਾਂਦੀਆਂ ਨੇ ਆਜੋ ਜੀ ਕਿ ਪੈਸੇ ਨਾਲ ਹੀ ਸਾਰਾ ਕੁਛ ਹੁੰਦਾ ਜਾਂ ਫਿਰ
जे पैसा आ तो कहिंदे ओ किस्मत बदल दिंदा आ, बिना रिश्वत तो बिना पैसे तो नहीं कुछ हुंदा है, पर इह कहावत जिहड़ी झूठी पाती परमिंदर ने। हाँ जी सर, एक टाइम सी मैं खुद सोचती सी कि ये सिर्फ अमीर लोगों लई हुंदा है, साडे वर्गे गरीब लोग नहीं कुछ कर सकते, पर मैनू लगता मैं गलत सीगी। अगर आप मेहनत करते हाँ, आप जज्बा अपने विच हैगा है, तो आप सर कुछ भी कोई भी बंदा कोई भी किसी भी हालातों च अचीव कर सकता है सर। अच्छा परमिंदर, ये दो कमरों का घर है? हाँ जी। इत्थे पढ़ते रहे हो? सर मेरा कमरा उपर है जी। पढ़ाई वाला कमरा उपर है? हाँ जी हाँ जी। चलो वो भी देखते हैं। अमन घर दिखाओ, ये हालात ने परमिंदर के घर के। फादर सिक्योरिटी गार्ड की नौकरी करते हैं तो माता नरेगा के विच काम करते हैं। हाँ जी सर। ये काम करते रहेंगे कि छुड़ा देना हुण? सर भांडे साफ करदे, मैनूं हुंदा सीगा कि इन्नी देर हो गई, लोकी मम्मा बैठे हुंदे सीगे एवें भांडे गेर के चले जांदे सीगे। अच्छा। ਉਹ ਇਹਨੂੰ ਬੜਾ ਹੁੰਦਾ ਸੀ ਕਿ ਨਹੀਂ ਤੂੰ ਜਾ, ਤੂੰ ਮੰਮੀ ਨਾਲ ਕੰਮ ਕਰਾ ਕੇ ਆਣਾ ਹੈ। ਚਲੋ ਪਰਮਿੰਦਰ ਦਾ ਘਰ ਦੇਖਦੇ ਆ। ਆ ਜਾਓ ਪਰਮਿੰਦਰ, ਆ ਕਮਰਾ, ਇਹ ਵੀ ਬੈਡਰੂਮ ਬਸ? ਹਾਂਜੀ ਸਰ। ਤੇ ਇਹਨਾਂ ਬੈਡਰੂਮ ਦੇ ਵਿੱਚ ਪਰਿਵਾਰ ਰਹਿੰਦਾ ਸਾਰਾ ਤੁਹਾਡਾ? ਹਾਂਜੀ ਸਰ। ਕਿੰਨੇ ਜੀ ਆ ਘਰ ਦੇ? ਸਰ 7 ਜੀ ਨੇ ਜੀ। 7 ਜੀ ਨੇ? 7 ਜੀ ਆ, ਦੋ ਕਮਰਿਆਂ 'ਚ ਰਹਿੰਦੇ ਹੋ? ਹਾਂਜੀ। ਤੁਹਾਡੇ ਉੱਪਰ ਜਿਹੜਾ ਕਮਰਾ ਪੜ੍ਹਾਈ ਵਾਲਾ ਹੈ, ਹਾਂਜੀ, ਉੱਥੇ ਡਿਸਟਰਬੈਂਸ ਕਿੰਨੀ ਕੁ ਹੁੰਦੀ ਸੀ? ਪਰ 7 ਜੀ ਹੋਣ ਕੇ ਜਵਾਕ ਵੀ ਹੋਊਗਾ ਕੋਈ? ਨਹੀਂ ਸਰ। ਅੱਛਾ ਸਰ, ਉਹ ਤੇ ਤਾਂ ਨਹੀਂ ਡਿਸਟਰਬੈਂਸ ਸੀਗੀ, ਬਟ 7 ਲੱਕੜੀ ਵਾਲੇ ਦਰਵਾਜ਼ੇ ਨਹੀਂ ਸਰੇ ਹੈ ਜੀ, ਜਿਵੇਂ ਕਿ ਤੁਸੀਂ ਇਹ ਵੀ ਦੇਖਦੇ ਹੋ, ਇਹ ਦੂਜੇ ਵਾਲੇ ਨੇ, ਤੇ ਉੱਪਰ ਸਰ ਉਹ ਜਾਲੀ ਵਾਲੇ ਦਰਵਾਜ਼ੇ ਲੱਗੇ ਨੇ, ਤੇ ਖਿੜਕੀਆਂ ਵੀ ਨਹੀਂ ਲੱਗੀਆਂ ਸੀ। ਅੱਛਾ। ਤੇ ਸਰਦੀਆਂ ਦਾ ਜਦੋਂ ਟਾਈਮ ਆਉਂਦਾ ਸੀਗਾ, ਉਹ ਬਹੁਤ ਜ਼ਿਆਦਾ ਠੰਡ ਹੁੰਦੀ ਸੀਗੀ, ਔਰ ਰਾਤਾਂ ਦਾ ਅੱਜ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹ ਠੰਡ ਨੇ ਮੈਨੂੰ ਸੌਣ ਨਹੀਂ ਦਿੱਤਾ ਸੀਗਾ ਸਰ। ਅੱਛਾ, ਜਿਹੜੀਆਂ ਸੀਤ ਲਹਿਰਾਂ ਸੀ ਉਹਨਾਂ ਨੇ ਸੌਣ ਨਹੀਂ ਦਿੱਤਾ, ਉਹਨਾਂ ਨੇ ਅੱਜ ਪਰਮਿੰਦਰ ਨੂੰ ਵੱਡਾ ਕੀਤਾ, ਹੈ ਨਾ ਜੀ ਸਰ। ਇਹ ਇਸ ਘਰ ਦੀ ਰਸੋਈ ਹੈ, ਪਰਮਿੰਦਰ ਇਸ ਰਸੋਈ 'ਚ ਵੀ ਕੰਮ ਕਰਦੀ ਰਹੀ ਹੈ। ਹਾਂਜੀ ਸਰ। ਪਰਮਿੰਦਰ ਨੇ ਲੋਕਾਂ ਮਾਤਾ ਦੇ ਨਾਲ ਲੋਕਾਂ ਦੇ ਵੀ ਭਾਂਡੇ ਮਾਂਜੇ ਆ, ਅਤੇ ਇਸ ਰਸੋਈ ਦੇ ਵਿੱਚ ਵੀ ਆਪਦੀ ਕਿਸਮਤ ਨੂੰ ਪਰਖਿਆ ਹੈ ਕਿਤੇ ਨਾ ਕਿਤੇ। ਜੀ ਸਰ। ਪਰਮਿੰਦਰ ਸਟਰਗਲ ਬਹੁਤ ਵੱਡੀ ਹੈ ਤੁਹਾਡੀ। ਥੈਂਕ ਯੂ ਸਰ। ਪਰ ਸਟਰਗਲ ਦਾ ਜਿਹੜਾ ਫਲ ਮਿਲਿਆ, ਨਤੀਜਾ ਮਿਲਿਆ, ਉਹ ਉਦੋਂ ਜ਼ਿਆਦਾ ਵੱਡਾ, ਹੈ ਨਾ। ਹਾਂਜੀ। ਅੱਛਾ, ਜਦੋਂ ਕੱਲ੍ਹ ਆਪਾਂ ਉੱਪਰਲਾ ਕਮਰਾ ਵੇਖ ਲਈ ਤੁਹਾਡਾ? ਜੀ ਸਰ। ਹਾਂਜੀ, ਆ ਜਾਓ। ਅੱਛਾ ਪਰਮਿੰਦਰ, ਕਿੰਨੇ ਕਿੰਨੇ ਘੰਟੇ ਪੜ੍ਹਦੇ ਰਹੇ ਹੋ? ਸਰ ਮੇਰੀ ਸਟੱਡੀ ਤੇ 18 ਘੰਟੇ ਦੀ ਹੋ ਜਾਂਦੀ ਸੀ, ਕਿਉਂਕਿ ਮੈਂ ਕਦੇ ਬੈਠ ਕੇ ਮੈਨੂੰ ਮੌਕਾ ਨਹੀਂ ਮਿਲਿਆ ਕਿ ਮੈਂ ਕੰਟੀਨਿਊਸਲੀ ਪੜ੍ਹ ਸਕਾਂ। ਅੱਛਾ। ਮੰਮਾ ਨਾਲ ਕੱਖਾਂ ਦੀ ਪੰਡ ਲੈਣ ਜਾਣਾ, ਉਦੋਂ ਮੈਂ ਹੈੱਡਫੋਨ ਲਾ ਲੈਂਦੀ ਸੀਗੀ ਕਿ ਮੈਂ ਆਪਦੀ ਕਲਾਸਿਸ ਸੁਣ ਲਵਾਂ। ਅੱਛਾ। ਤੇ ਸਰ ਘਰੇ ਝਾੜੂ ਪੋਚਾ ਲਾਉਂਦੇ ਹੋਏ, ਭਾਂਡੇ ਮਾਂਜਦੇ ਹੋਏ, ਮੈਂ ਹਮੇਸ਼ਾ ਉਹ ਲਾ ਕੇ ਰੱਖਦੀ ਸੀਗੀ ਕੰਨਾਂ 'ਚ ਏਅਰਫੋਨ ਕਿ ਮੈਂ ਪੜ੍ਹ ਲਵਾਂ, ਕਿਉਂਕਿ ਸਰ ਘਰ ਦੇ ਸਾਰੇ ਕੰਮ ਕਰਨੇ ਹੁੰਦੇ ਸੀਗੇ, ਤੇ ਕਦੇ ਜੇ ਮੈਂ ਇਹ ਕਹਾਂ ਕਿ ਮੈਂ ਲਗਾਤਾਰ ਬੈਠੀ ਪੜ੍ਹਦੀ ਰਹਿੰਦੀ ਸੀ ਤਾਂ ਦਿਨ ਵਿੱਚ ਉਹ ਕਦੇ ਨਹੀਂ ਹੁੰਦਾ ਸੀਗਾ। ਰਾਤ ਦਾ ਮੇਰਾ ਸ਼ਡਿਊਲ ਹੁੰਦਾ ਸੀਗਾ ਸਰ 8 ਵਜੇ ਤੋਂ ਲੈ ਕੇ 12 ਵਜੇ ਤੱਕ, ਉਹ ਮੈਂ ਕਦੇ ਨਾਂਗਾ ਨਹੀਂ ਪਾਇਆ ਹੈ ਜੀ। 12 ਤੋਂ ਲੈ ਕੇ 8 ਤੋਂ ਲੈ ਕੇ 12, 4 ਘੰਟੇ ਚਾ ਉਹ ਤੁਸੀਂ ਰੈਗੂਲਰ ਬਹਿ ਕੇ ਜਿਹੜਾ ਸਿਟਿੰਗ ਟਾਈਮ ਆ? ਹਾਂਜੀ ਸਰ। ਅੱਛਾ, ਉਹ ਮੰਨ ਲਓ ਕੱਖ ਲੈ ਜਾਂਦੇ ਹੋ ਖੇਤ 'ਚ ਜਾਂ ਘਰੇ ਭਾਂਡੇ ਧੋਨੇ ਹੋ ਜਾਂ ਕਿਤੇ, ਉਹ ਈਅਰਫੋਨ 'ਤੇ ਚੱਲਦਾ ਸੀ? ਹਾਂਜੀ। ਉਹ ਫੋਨ ਕਿਵੇਂ ਲਿਆ? ਇਹਦੇ ਪਿੱਛੇ ਸਟਰਗਲ ਹੋਣੀ, ਇਹੀ ਫੋਨ ਸੀ ਉਹ? ਹਾਂਜੀ ਸਰ, ਇਹ ਫੋਨ ਸਰ ਮੈਂ ਕਾਲ ਸੈਂਟਰ 'ਚ ਜੋਬ ਕੀਤੀ ਸੀ ਜੀ। ਅੱਛਾ। ਉੱਥੇ ਸੈਲਰੀ ਸੀਗੀ 10,000, ਤੇ ਮੈਂ ਉਦੋਂ ਖਰੀਦਿਆ ਸੀ ਸਰ। ਉਦੋਂ ਆਪਦੀ ਹੀ ਕਮਾਈ ਨਾਲ ਫੋਨ ਖਰੀਦਿਆ? ਹਾਂਜੀ ਹਾਂਜੀ ਸਰ। ਕੀ ਬਾਤ ਹੈ ਪਰਮਿੰਦਰ, ਇਹ ਫਿਰ ਇਹ ਫੋਨ ਦਾ ਬੜਾ ਸਹੀ ਇਸਤੇਮਾਲ ਕੀਤਾ। ਜੀ ਸਰ। ਅੱਛਾ, ਪਰਮਿੰਦਰ ਦਾ ਕਮਰਾ ਕਿਹੜਾ ਇਹਨਾਂ 'ਚੋਂ? ਸਰ ਇਹ ਆ, ਇਹ ਕੁੰਡੀ ਨਹੀਂ ਸੀਗੀ ਸਰ, ਇੱਟਾਂ ਲਾ ਕੇ। ਅੱਛਾ, ਕੁੰਡੀ ਸਹੀ ਨਹੀਂ, ਇੱਟਾਂ ਲਾ ਕੇ ਰੱਖਦੇ ਸੀਗੇ, ਅੰਦਰ ਕੁੰਡੀ ਹੈ ਨਹੀਂਗੀ। ਹਾਂਜੀ ਸਰ। ਇੱਥੇ ਪਰਮਿੰਦਰ ਪੜ੍ਹਦੇ ਰਹੇ ਆ। ਅੱਛਾ, ਤੁਸੀਂ ਆਹ ਕਹਿੰਦੇ ਸੀ ਵੀ ਤੁਹਾਡੇ ਕੋਲ ਲੱਕੜ ਦੀਆਂ ਬਾਰੀਆਂ ਨਹੀਂ ਲੱਗੀਆਂ ਤੇ ਠੰਡੀ ਹਵਾ ਇਧਰੋਂ ਆਉਂਦੀ ਸੀ? ਹਾਂਜੀ ਹਾਂਜੀ ਸਰ। ਕੀ ਬਾਤ ਹੈ ਪਰਮਿੰਦਰ, ਤੇ ਪੱਖਾ ਵੀ ਨਹੀਂ ਉੱਪਰ? ਨਹੀਂ ਸਰ। ਇਹ ਪੱਖਾ ਹੁਣ ਕਿਤੇ ਲਵਾਇਆ ਜਾਂ ਸ਼ੁਰੂ ਤੋਂ ਨਹੀਂ ਹੈਗਾ? ਨਹੀਂ ਸਰ, ਇਹ ਖਰਾਬ ਹੋ ਚੁੱਕਿਆ ਸੀਗਾ ਤੇ ਕਦੇ ਲੱਗਿਆ ਹੀ ਨਹੀਂ ਹੈਗਾ ਸਰ। ਉਹ ਦੇਖੋ ਸਰ, ਪੱਖਾ ਨਹੀਂ ਲੱਗਿਆ, ਬਿਨਾਂ ਪੱਖੇ ਤੋਂ ਹੀ ਇੱਥੇ ਪੜ੍ਹਦੇ ਰਹੇ ਹਾਂ। ਪੜ੍ਹਨਾ ਪਿਆ ਸਰ, ਉਹ ਜਿਹੜੇ ਹਾਲਾਤ ਸੀਗੇ, ਮੈਨੂੰ ਇੱਦਾਂ ਹੁੰਦਾ ਸੀ ਕਿ ਮੈਂ ਆਪਦੇ ਪੈਸੇ ਇੱਥੋਂ ਬਚ ਜਾਣ, ਤੇ ਕਿਵੇਂ ਕਹਿ ਦਿੰਦੀ ਘਰਦਿਆਂ ਨੂੰ ਕਿ ਇਹ ਚੀਜ਼ ਚਾਹੀਦੀ ਆ। ਮੈਂ ਕਈ ਵਾਰੀ ਸੋਚਦੀ ਹੁੰਦੀ ਸੀਗੀ ਸਰ, ਮੇਰੇ ਫਰੈਂਡਸ ਜਿਵੇਂ ਉਹਨਾਂ ਦੇ ਹੀਟਰ ਹੁੰਦਾ ਸੀ,
ਤੇ ਮੈਂ ਕਈ ਵਾਰੀ ਬਹਿ ਕੇ ਉਰੇ ਰੋਣਾ ਠੰਡ ਵਿੱਚ ਰਾਤ ਨੂੰ ਮਤਲਬ ਪੂਰੀ ਕਾਂਬਾ ਚੜ ਜਾਂਦਾ ਹੁੰਦਾ ਸੀਗਾ ਉਰੇ ਕਾਫੀ ਠੰਡੀ ਉਹ ਆਉਂਦੀ ਸੀ ਤੇ ਮੈਂ ਸੋਚਦੀ ਹੁੰਦੀ ਸੀਗੀ ਯਾਰ ਉਹ ਮਤਲਬ ਲੋਕ ਹੀਟਰਾਂ 'ਚ ਪੜ ਰਹੇ ਨੇ ਕਾਸ਼ ਮੇਰੇ ਕੋਲ ਮਤਲਬ ਇੰਨਾ ਕੁ ਤਾਂ ਹੁੰਦਾ ਕਿ ਮੈਂ ਇੱਕ ਹੀਟਰ ਲੈ ਕੇ ਪੜ ਲਵਾਂ ਕਿ ਪਰਮਿੰਦਰ ਤੇਰਾ ਕਿਵੇਂ ਹੋਏਗਾ ਤੂੰ ਨਹੀਂ ਕਰ ਪਾਊਂਗੀ ਇਹ ਵਾਲੀਆਂ ਚੀਜ਼ਾਂ ਉਹ ਕਈ ਵਾਰੀ ਹੋਣਾ ਸਰ ਮਤਲਬ ਇਹ ਬੈੱਡ 'ਤੇ ਗੱਦਾ ਪਿਆ ਅਤੇ ਮੈਂ ਉਹ ਦਰਵਾਜ਼ੇ ਦੇ ਅੱਗੇ ਗੱਦਾ ਲਾ ਦੇਣਾ ਕਿ ਉੱਧਰ ਠੰਡੀ ਹਵਾ ਘੱਟ ਆਏਗੀ ਹਾਂਜੀ ਅੱਛਾ ਪਰਮਿੰਦਰ ਕਿਤਾਬਾਂ ਆਪ ਲਈਆਂ ਕਿਉਂਕਿ ਕਿਤਾਬਾਂ ਵੀ ਅੱਜ ਕੱਲ੍ਹ ਬਹੁਤ ਮਹਿੰਗੀਆਂ ਨੇ ਇਹ ਫਿਰ ਕਿਵੇਂ ਮਿਲੀਆਂ ਤੁਹਾਨੂੰ ਸਰ ਮੇਰਾ ਇੱਕ ਫਰੈਂਡ ਹੈ ਜੀ ਯਾਦਵਿੰਦਰ ਅੱਛਾ ਅਤੇ ਉਹਦਾ ਬਹੁਤ ਸ਼ੁਕਰਾਨਾ ਹੈ ਸਰ ਉਹ ਸੀਗਾ ਉਹਨੇ ਮੈਨੂੰ 5000 ਰੁਪਇਆ ਦਿੱਤਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਪੜ੍ਹਾਈ ਕਰਨੀ ਆ ਜੁਡੀਸ਼ਰੀ ਦੀ ਅਤੇ ਮੇਰੇ ਕੋਲ ਕਿਤਾਬ ਨਹੀਂ ਸੀਗੀ ਹੁਣ ਵੀ ਸਰ ਇਹ ਅੱਧੀਆਂ ਕਿਤਾਬਾਂ ਨੇ ਅਤੇ ਉਹ ਕਹਿੰਦਾ ਕੋਈ ਨਹੀਂ ਮੈਂ ਤੈਨੂੰ ਪੈਸੇ ਦਿੰਦਾ ਏ ਅਤੇ ਉਹਨੇ ਮੈਨੂੰ ਪੈਸੇ ਦਿੱਤੇ ਸਰ ਮੈਂ ਸੈਕਿੰਡ ਹੈਂਡ ਬੁੱਕਸ ਲੈ ਕੇ ਆਈ ਜਿੰਨੀਆਂ ਕੁ ਆਈਆਂ ਉਹ 5000 ਵਿੱਚ ਮੇਰਾ ਇੰਡੀਅਨ ਐਵੀਡੈਂਸ ਐਕਟ ਦਾ ਸਰ ਬੇਅਰ ਐਕਟ ਨਹੀਂ ਆਇਆ ਸੀ ਅਤੇ ਉਹ ਮੇਰੇ ਤੋਂ ਕਦੇ ਜੁੜਿਆ ਹੀ ਨਹੀਂ ਹੈ ਜੀ ਕਿਤਾਬਾਂ ਬਹੁਤ ਮਹਿੰਗੀਆਂ ਨੇ ਹਾਂਜੀ ਸਰ ਇਹ ਯਾਦਵਿੰਦਰ ਦਾ ਵੀ ਨਾਲ ਪੂਰਾ ਯੋਗਦਾਨ ਆ ਤੁਹਾਨੂੰ ਤੁਹਾਡੀ ਸਟਰਗਲ ਦੇ ਵਿੱਚ ਉਹ ਤਾਂ ਸਰ ਬਹੁਤ ਯੋਗਦਾਨ ਹੈ ਮਤਲਬ ਉਹਨੇ ਇਹ ਸ਼ਾਇਦ ਮੈਂ ਕਿਤਾਬਾਂ ਨਾ ਖਰੀਦ ਪਾਉਂਦੀ ਤੇ ਮੈਂ ਨਹੀਂ ਪੜ੍ਹਾਈ ਹੋਣੀ ਸੀਗੀ ਮੇਰੀ ਅੱਛਾ ਕਿਤਾਬਾਂ ਨੂੰ ਲੈ ਕੇ ਨਾ ਇੱਕ ਬੜੀ ਇੰਟਰਸਟਿੰਗ ਸਟੋਰੀ ਪਰਮਿੰਦਰ ਨੇ ਮੈਨੂੰ ਸੁਣਾਈ ਸੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਹਿੰਦੇ ਕਿਤਾਬਾਂ ਜਿਹੜੀਆਂ ਨੇ ਉਹ ਵਿਹੜੇ 'ਚ ਮਿਲਦੀਆਂ ਸੀ ਕਈ ਵਾਰੀ ਹਨਾ ਪਰਮਿੰਦਰ ਪਰ ਉਹ ਥੱਲੇ ਜਾ ਕੇ ਗੱਲਬਾਤ ਕਰਦੇ ਹਾਂ ਪਰਮਿੰਦਰ ਦਾ ਤੁਹਾਨੂੰ ਅਸੀਂ ਹਾਲਾਤ ਦਿਖਾਉਣਾ ਚਾਹੁੰਦੇ ਸੀ ਅੱਛਾ ਪਰਮਿੰਦਰ ਬੜੀ ਸੋਹਣੀ ਗੱਲ ਲਿਖੀ ਹੈ ਸਾਹਮਣੇ ਰਸਤੇ ਤੋਂ ਨਾ ਭਟਕ ਨਹੀਂ ਤਾਂ ਪੈੜਾਂ ਦੇਖਦੀ ਰਹਿ ਜੂੰਗੀ ਕੀ ਬਾਤ ਇਹ ਇਹ ਕਿਹਦਾ ਲਿਖਿਆ ਹੋਇਆ ਪਰਮਿੰਦਰ ਇਹ ਸਰ ਇਹ ਮੈਨੂੰ ਕਿਤੋਂ ਮਿਲੀ ਸੀਗੀ ਇਹ ਕੋਟ ਅੱਛਾ ਤੇ ਮੈਂ ਇਹਨੂੰ 1 ਜਨਵਰੀ 2022 ਇਹ ਮੈਂ ਉੱਪਰ ਜੁਡੀਸ਼ਰੀ ਪਾ ਰੱਖਿਆ ਕੀ ਬਾਤ ਹੈ ਕਿਉਂਕਿ ਸਰ ਹਰਿਆਣਾ ਦਾ ਪੇਪਰ ਹੋਇਆ ਸੀ 13 ਨਵੰਬਰ ਦਾ ਤੇ ਮੈਂ ਉਹ ਨਹੀਂ ਹੋ ਪਾਇਆ ਸੀਗਾ ਮੇਰਾ ਠੀਕ ਹੈ ਤੇ ਫਿਰ ਮੈਂ ਉਦੋਂ ਨਿਊ ਇਅਰ ਤੇ 1-2 ਮਹੀਨੇ ਇੱਦਾਂ ਹੀ ਟੈਨਸ਼ਨ ਵਿੱਚ ਸੀਗੀ ਕਿ ਹੁਣ ਕਿੱਦਾਂ ਹੋਏਗਾ ਸਭ ਕੁਛ ਤੇ ਮੈਂ ਨਵੇਂ ਸਾਲ ਤੋਂ ਫਿਰ ਹਿੰਮਤ ਕੀਤੀ ਸੀ ਕਿ ਹੁਣ ਮੈਂ ਪੰਜਾਬ ਕਰਾਂਗੀ ਇਸੇ ਨੇ ਅੱਜ ਜੱਜ ਬਣਾਇਆ ਜੀ ਸਰ ਇਹਦਾ ਸਾਮ ਕੇ ਰੱਖੋਗੇ ਮੈਨੂੰ ਲੱਗਦਾ ਇਹ ਚੀਜ਼ਾਂ ਦਾ ਹਾਂਜੀ ਸਰ ਇਹਦਾ ਜਿੱਥੇ ਵੀ ਹੁਣ ਜਾਣਾ ਹੈ ਕੱਲ੍ਹ ਨੂੰ ਕੋਠੀ ਮਿਲਣੀ ਹੈ ਨਾਲ ਜਾਣਾ ਹੈ ਜੀ ਸਰ ਸਰ ਉਹ ਮੇਰਾ ਮੇਨਸ ਦਾ ਟਾਈਮ ਟੇਬਲ ਸੀਗਾ ਉਹ ਮੈਂ ਆਪਦੇ ਪੀਜੀ ਲਾਇਆ ਸੀ ਠੀਕ ਹੈ ਉਹ ਫੋਲਡ ਕਰਕੇ ਰੱਖਿਆ ਹੋਇਆ ਹੈ ਸਰ ਕੀ ਬਾਤ ਹੈ ਕੀ ਬਾਤ ਤੇ ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ ਨਾਲ ਰਹੇ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਦਾਤ ਹੈ ਕਿ ਉਹਨਾਂ ਨੇ ਮੈਨੂੰ ਗੁਰਿੰਦਰਪਾਲ ਸਰ ਯਾਦਵਿੰਦਰ ਵਰਗੇ ਇਨਸਾਨ ਮਿਲਾਏ ਤੇ ਮੇਰੇ ਜੀਜਾ ਜੀ ਤੇ ਮੇਰੇ ਭੈਣ ਉਹਨਾਂ ਨੇ ਵੀ ਹੈਲਪ ਕੀਤੀ ਸਰ ਉਹ ਅੱਛਾ ਹਾਂ ਤੁਸੀਂ 5 ਭੈਣ ਭਾਈ ਹੋ ਹਾਂਜੀ ਸਰ ਤੁਸੀਂ ਕਿੰਨੇਵੇਂ ਮਤਲਬ ਨੰਬਰ ਤੇ ਆਉਣੇ ਹੋ ਸਰ ਮੈਂ 3 ਨੰਬਰ ਤੇ ਹਾਂ ਮੇਰੇ ਤੋਂ ਵੱਡੀਆਂ 2 ਸਿਸਟਰਸ ਨੇ ਉਹ ਵਿਆਹੀਆਂ ਹੋਈਆਂ ਨੇ ਇੱਕ ਸਿਸਟਰ ਵਿਆਹੀ ਹੋਈ ਨੇ ਜੀ ਅੱਛਾ ਉਹ ਕੀ ਕਰਦੇ ਨੇ ਵੈਸੇ ਸਰ ਉਹਨਾਂ ਦੀ 2018 'ਚ ਜੌਬ ਲੱਗੀ ਸੀ ਜੀ ਟੀਚਰ ਦੀ ਤੇ ਉਹਨਾਂ ਦਾ ਸਟਰਗਲ ਵੀ ਇਦਾਂ ਹੀ ਸੀਗਾ ਸਰ ਉਹ 10 ਸਾਲ ਤੇ ਉਹਨਾਂ ਨੇ ਕੰਟਰੈਕਟ ਬੇਸ ਤੇ 1500 ਤੇ 5000 ਤੇ ਉਹਨਾਂ ਦੀ ਨੌਕਰੀ ਕੀਤੀ ਪਿੰਡ ਦੇ ਸਕੂਲ ਵਿੱਚ ਤੇ ਸਰ ਇੱਕ ਤਾਨਾ ਸੀਗਾ ਜਿਹੜਾ ਮਤਲਬ ਮੈਨੂੰ ਮੇਰੇ ਲਈ ਘੱਟ ਮੇਰੀ ਭੈਣ ਲਈ ਮੈਨੂੰ ਟੈਨਸ਼ਨ ਰਹਿੰਦੀ ਸੀ ਪਿੰਡ ਦੀਆਂ ਉਹਨਾਂ ਦੀ ਏਜ ਕਾਫੀ ਹੋ ਗਈ ਸੀਗੀ 34 ਈਅਰਸ 'ਚ ਉਹਨਾਂ ਦਾ ਵਿਆਹ ਹੋਇਆ ਕਿਉਂਕਿ ਉਹਨਾਂ ਨੂੰ ਜੌਬ ਹੀ 32 ਸਾਲ ਦੀ ਉਮਰ 'ਚ ਮਿਲੀ ਸੀ ਉਹ ਕਹਿੰਦੀਆਂ ਸੀਗੀਆਂ ਕਿ ਇਹਨੇ ਬੀਬੋ ਭੂਆ ਬਣ ਕੇ ਰਹਿ ਜਾਣਾ ਪਿੰਡ ਦੀ ਅਤੇ ਇਹਦਾ ਵਿਆਹ ਨਹੀਂ ਹੋਣਾ ਅੱਛਾ ਇਹਨਾਂ ਦਾ ਪਿਓ ਤੇ ਸ਼ਰਾਬੀ ਹੈ ਅਤੇ ਇਹਨਾਂ ਦੇ ਰਿਸ਼ਤੇ ਹੀ ਨਹੀਂ ਹੋਣੇ ਹੈਗੇ ਤੇ ਉਹ ਵਾਲੀ ਚੀਜ਼ ਮੈਂ ਆਪਦੀ ਭੈਣ ਲਈ ਬੜਾ ਸੋਚਦੀ ਸੀਗੀ ਕਿ ਪਤਾ ਨਹੀਂ ਰੱਬਾ ਉਹਦਾ ਸ਼ਾਇਦ ਵਿਆਹ ਹੋਣਾ ਜਾਂ ਨਹੀਂ ਹੋਣਾ ਤੇ ਉਹਨਾਂ ਦਾ ਨੌਕਰੀ ਲੱਗੀ ਉਹਨਾਂ ਦੇ ਵਧੀਆ ਹਸਬੈਂਡ ਨੇ ਉਹ ਬਹੁਤ ਸਾਡੀ ਸਪੋਰਟ ਕਰਦੇ ਨੇ ਸਰ ਉਹਨਾਂ ਨੇ ਹੁਣ ਵੀ ਬਹੁਤ ਹੈਲਪ ਕੀਤੀ ਹੈ ਅੱਜ ਵੀ ਸ਼ਾਇਦ ਸਾਡੇ ਘਰਦਿਆਂ ਕੋਲ ਲੱਡੂ ਵੰਡਾਉਣ ਦੇ ਸਰ ਪੈਸੇ ਨਾ ਹੁੰਦੇ ਉਹ ਸਾਰੇ ਉਹਨਾਂ ਨੇ ਹੀ ਦਿੱਤੇ ਨੇ ਜੀ ਚਲੋ ਆ ਜਾਓ ਆਪਾਂ ਥੱਲੇ ਚੱਲਦੇ ਹਾਂ ਨਾਲੇ ਥੱਲੇ ਚੱਲ ਕੇ ਗੱਲਾਂ ਬਾਤਾਂ ਕਰਦੇ ਹਾਂ ਅੱਛਾ ਪਰਮਿੰਦਰ ਉਹ ਕਿਤਾਬਾਂ ਵਾਲੀ ਆਪਣਾ ਜਿਹੜਾ ਕਿੱਸਾ ਰਹਿ ਗਿਆ ਸੀ ਉਹ ਕੀ ਸੀ ਉਹ ਵਿਹੜੇ 'ਚ ਬੜੇ ਵਾਰੀ ਕਿਤਾਬਾਂ ਤੁਹਾਨੂੰ ਕਹਿੰਦੇ ਤੁਹਾਨੂੰ ਮਿਲਦੀਆਂ ਸੀ ਰੁਲੀਆਂ ਇੱਥੇ ਹਾਂਜੀ ਸਰ ਡੈਡ ਨੂੰ ਮੇਰੇ ਨੂੰ ਥੋੜ੍ਹਾ ਡਰਿੰਕ ਦੀ ਹੈਬਿਟ ਹੈ ਉਹਨਾਂ ਦੀ ਅਤੇ ਉਸ ਵਜ੍ਹਾ ਤੋਂ ਸਰ ਘਰ ਵਿੱਚ ਹਮੇਸ਼ਾ ਕਲੇਸ਼ ਰਹਿੰਦਾ ਸੀਗਾ ਫਾਈਨੈਂਸ਼ਲੀ ਉਹ ਸਪੋਰਟ ਥੋੜ੍ਹਾ ਘੱਟ ਕਰਦੇ ਸੀ
ਤੇ ਮੇਰਾ ਹੁੰਦਾ ਸੀਗਾ ਕਿ ਮੈਂ ਪੜ੍ਹਾਈ ਕਰਨੀ ਆ ਤੇ ਡੈਡ ਦਾ ਕਈ ਵਾਰੀ ਵੈਸੇ ਮੈਂ ਅੱਜ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਫਾਦਰ ਸਾਹਿਬ ਦੀ ਕਿ ਚਲੋ ਉਹਨਾਂ ਨੇ ਸਾਡੇ ਵਿਆਹ ਨਹੀਂ ਕੀਤੇ ਇਹ ਵੱਡੀ ਗੱਲ ਸੀਗੀ ਤੇ ਉਹਨਾਂ ਦਾ ਹੁੰਦਾ ਸੀ ਕਿ ਕੀ ਕਰਨਾ ਪੜ੍ਹ ਕੇ ਕੀ ਕਰਨਾ ਪੜ੍ਹ ਕੇ ਤੇ ਮੈਂ ਥੋੜ੍ਹੀ ਦੇਰ ਕਈ ਵਾਰੀ ਬਹਿਸ ਹੋ ਜਾਂਦੀ ਸੀਗੀ ਮੇਰੀ ਅਤੇ ਕਿੰਨੀ ਵਾਰੀ ਹੋਇਆ ਉਹਨਾਂ ਨੇ ਮੇਰੀਆਂ ਕਿਤਾਬਾਂ ਵਗਾ ਕੇ ਮਾਰਦੇ ਸੀਗੇ ਕਿ ਕੀ ਰੱਖਿਆ ਪੜ੍ਹਾਈ 'ਚ ਕੀ ਬਣ ਜਾਣਾ ਕੁਛ ਨਹੀਂ ਹੋਣਾ ਹੈਗਾ ਅਤੇ ਉਹ ਚੀਜ਼ਾਂ ਨੇ ਪਰਮਿੰਦਰ ਨੂੰ ਸਟਰੋਂਗ ਕੀਤਾ ਸਰ ਕਾਫੀ ਹੱਦ ਤੱਕ ਸਟਰੋਂਗ ਕੀਤਾ ਪਰ ਕਈ ਵਾਰੀ ਸਰ ਮੈਂ ਰੋਂਦੀ ਹੁੰਦੀ ਸੀ ਮੈਂ ਦੇਖਦੀ ਸੀਗੀ ਮੇਰੇ ਫਰੈਂਡਸ ਦੇ ਪੇਰੈਂਟਸ ਹੁੰਦੇ ਸੀਗੇ ਜਾਂ ਆਸੇ ਪਾਸੇ ਵਾਲੇ ਬੱਚੇ ਸਰ ਉਹ ਛੋਟੀ ਕਲਾਸ ਵਿੱਚ ਵੀ ਪੜ੍ਹਦੇ ਸੀ ਅਤੇ ਉਹ ਬੜਾ ਮਾਣ ਕਰਦੇ ਸੀਗੇ ਉਹਨਾਂ ਦੇ ਬੱਚੇ ਪੜ੍ਹਦੇ ਆ ਅਤੇ ਮੈਂ ਸੋਚਦੀ ਹੁੰਦੀ ਸੀ ਕਿ ਯਾਰ ਮੈਂ LLB ਕਰਦੀ ਪਈ ਹਾਂ ਮੇਰੇ 'ਤੇ ਕੋਈ ਪ੍ਰਾਊਡ ਕਿਉਂ ਨਹੀਂ ਕਰਦਾ ਪਿਆ ਘਰ ਵੀ ਇੱਦਾਂ ਹੁੰਦਾ ਸੀ ਕਿ ਵਕੀਲ ਹੁੰਦੇ ਨੇ ਜਿਹੜੇ ਉਹਨਾਂ ਕੋਲ ਕਿਹੜਾ ਪੈਸੇ ਹੁੰਦੇ ਨੇ ਇੱਥੇ ਕਿਹੜਾ ਪੈਸੇ ਆਉਣੇ ਨੇ ਅਤੇ ਤੂੰ ਕਾਲ ਸੈਂਟਰ ਵਿੱਚ ਜੋਬ ਕਰ ਲਾ ਉੱਥੇ 10-15 ਹਜ਼ਾਰ ਰੁਪਇਆ ਮੋਹਾਲੀ 'ਚ ਮਿਲ ਜਾਂਦਾ ਏ ਅਤੇ ਉਹ ਸਾਡੇ ਹਾਲਾਤ ਸਰ ਕੁਛ ਇੱਦਾਂ ਦੇ ਸੀਗੇ ਕਿ ਉਹ 10 ਹਜ਼ਾਰ ਰੁਪਇਆ ਵੀ ਸਾਡੇ ਲਈ ਬਹੁਤ ਵੱਡੀ ਅਮਾਊਂਟ ਸੀਗੀ ਜੀ ਅਤੇ ਉਹ 10 ਹਜ਼ਾਰ ਬਹੁਤ ਵੱਡੀ ਅਮਾਊਂਟ ਸੀ ਅਤੇ ਉਸੇ 10 ਹਜ਼ਾਰ ਕਰਕੇ ਇੱਕ ਵਾਰੀ ਮੈਨੂੰ ਯਾਦ ਹੈ ਤੁਸੀਂ ਪਰਮਿੰਦਰ ਦੱਸ ਰਹੇ ਸੀ 25 ਹਜ਼ਾਰ ਨਹੀਂ ਜੁੜਿਆ ਉਹ 25 ਹਜ਼ਾਰ ਨਹੀਂ ਜੁੜਿਆ ਤਾਂ ਕਰਕੇ ਜੱਜ ਬਣ ਗਏ ਹਾਂਜੀ ਸਰ ਸਾਡੇ ਨਾ LLB ਦਾ ਲਾਸਟ ਸੈਮ ਹੁੰਦਾ ਉਹਦੇ ਮੈਂ ਐਡਵੋਕੇਟ ਐਕਟ ਹੁੰਦਾ ਏ ਅਤੇ ਉਸ ਐਕਟ ਵਿੱਚ ਸਾਡੀ ਇਨਰੋਲਮੈਂਟ ਫੀਸ 100 ਜਾਂ 120 ਰੁਪਏ ਇੱਦਾਂ ਕੁਛ ਹੈ ਠੀਕ ਹੈ ਅਤੇ ਉਸ ਦਿਨ ਮੈਂ ਇੰਨੀ ਜ਼ਿਆਦਾ ਖੁਸ਼ ਸੀਗੀ ਕਿ ਪਰਮਿੰਦਰ ਹੁਣ ਸਭ ਕੁਛ ਖਰਚੇ ਮੁੱਕ ਗਏ ਹੁਣ ਬਸ 100 ਰੁਪਏ ਦਾ ਖਰਚਾ ਏ ਅਤੇ ਤੂੰ ਵਕੀਲ ਬਣ ਜਾਣਾ ਏ ਅਤੇ ਜ਼ਿੰਦਗੀ ਵਧੀਆ ਹੋ ਜਾਣੀ ਆ ਅਤੇ ਜਦੋਂ ਪਤਾ ਲੱਗਿਆ ਕਿ ਨਹੀਂ ਜੀ 20-25 ਹਜ਼ਾਰ ਰੁਪਇਆ ਲੱਗੇਗਾ ਜੀ ਅਤੇ ਉਹ ਪੈਸੇ ਸਰ ਕਦੇ ਜੁੜੇ ਹੀ ਨਹੀਂ ਈਵਨ ਮੈਂ ਆਪਦੀ LLB ਕਰਨ ਤੋਂ ਬਾਅਦ ਖਰੜ 2 ਦੁਕਾਨਾਂ 'ਤੇ ਸਰ ਮੈਂ ਐਜ਼ ਏ ਸੇਲਸ ਗਰਲ ਲਈ ਜੋਬ ਦੇਖਣ ਗਈ ਸੀ ਅਤੇ ਮੈਨੂੰ ਇੱਦਾਂ ਸੀ ਕਿ ਮੈਂ ਉਹਨਾਂ ਨੇ ਕੀ ਦੇਣਾ ਸੀ ਕੋਈ 7 ਹਜ਼ਾਰ ਕੋਈ 6 ਹਜ਼ਾਰ 8 ਹਜ਼ਾਰ ਬਸ ਉਸ ਵਕਤ ਸਰ ਉਹ ਜਿਹੜੀ ਅਮਾਊਂਟ ਸੀ ਉਹ ਮੇਰੇ ਲਈ ਬਹੁਤ ਜ਼ਿਆਦਾ ਵੱਡੀ ਸੀਗੀ ਕਿਉਂਕਿ ਮੈਨੂੰ ਇੱਦਾਂ ਸੀ ਕਿ ਮੈਂ 1 ਸਾਲ ਨੌਕਰੀ ਕਰ ਲਵਾਂਗੀ ਹੋਰ ਅਤੇ ਮੇਰੇ ਕੋਲ ਆ ਜਾਣਗੇ 30-40 ਹਜ਼ਾਰ ਰੁਪਇਆ ਅਤੇ ਮੈਂ ਘਰਦਿਆਂ ਨੂੰ ਵੀ ਦੇ ਦਾਂਗੀ ਅਤੇ ਮੈਂ ਆਪਦੀ ਇਨਰੋਲਮੈਂਟ ਵੀ ਕਰਾ ਲਵਾਂਗੀ ਅਤੇ ਨਾਲ ਦੀ ਨਾਲ ਮੈਂ ਪਾਰਟ ਟਾਈਮ ਕੁਛ ਕਰਦੀ ਰਹਾਂਗੀ ਸਾਡੇ ਇੱਕ ਮੈਮ ਸੀਗੇ ਬਬੀਤਾ ਮੈਮ ਉਹਨਾਂ ਨੇ ਮੈਨੂੰ ਕਾਲ ਕੀਤੀ ਜਦੋਂ ਮੈਂ ਨੌਕਰੀ ਲੱਭਦੀ ਫਿਰਦੀ ਪਈ ਸੀ ਕਹਿੰਦੇ ਪਰਮਿੰਦਰ ਤੂੰ ਇੱਕ ਬੱਚੇ ਨੂੰ ਟਿਊਸ਼ਨ ਪੜ੍ਹਾ ਦੇ ਤੈਨੂੰ 3 ਹਜ਼ਾਰ ਰੁਪਇਆ ਮਹੀਨੇ ਦਾ ਮਿਲੇਗਾ ਠੀਕ ਹੈ ਅਤੇ ਸਰ ਉਹ ਬੱਚੇ ਨੂੰ ਮੈਂ ਟਿਊਸ਼ਨ ਪੜ੍ਹਾਈ ਆਪਦੇ ਮੰਮਾ ਦੀ ਮੈਂ ਥੋੜ੍ਹੇ ਮਿੰਨਤਾਂ ਕੀਤੀਆਂ ਕਿ ਮੰਮੀ ਤੁਸੀਂ ਬਿਲਕੁਲ ਛੱਡ ਦਿਓ ਗੋਹਾ ਕੂੜਾ ਵੀ ਮੈਂ ਕਰਾਂਗੀ ਅਤੇ ਕੱਖਾਂ ਨੂੰ ਵੀ ਮੈਂ ਹੀ ਜਾਇਆ ਕਰਾਂਗੀ ਸਭ ਕੁਛ ਮੈਂ ਹੀ ਲਿਆਉਣਾ ਹੈ ਤੁਸੀਂ ਬਸ ਬਹਿ ਜਾਓ ਅਤੇ ਦੁੱਧ ਦੇ ਜਿਹੜੇ ਪੈਸੇ ਹੋਣਗੇ ਉਹਨਾਂ ਨਾਲ ਆਪਦਾ ਗੁਜ਼ਾਰਾ ਕਰਿਓ ਪਰ ਮੈਨੂੰ ਪੜ੍ਹ ਲੈਣ ਦੇ ਦੁੱਧ ਦਾ ਕੰਮ ਚੱਲਦਾ ਸੀ ਕਰੋ ਹਾਂਜੀ ਕਿ ਮੈਨੂੰ ਪੜ੍ਹ ਲੈਣ ਦੇ ਮੰਮੀ ਉਹ ਮੇਰੇ ਕੋਲ 1-2 ਸਾਲ ਮੈਨੂੰ ਦੇ ਦਿਓ ਮੈਂ ਦਿਨ ਰਾਤ ਮਿਹਨਤ ਕਰ ਲਵਾਂਗੀ ਅਤੇ ਮੈਂ ਕੁਛ ਨਾ ਕੁਛ ਹੋ ਜਾਏਗਾ ਮੈਂ ਕਿਹਾ ਮੰਮੀ ਜ਼ਿੰਦਗੀ 'ਚ ਮੈਨੂੰ ਦੇ ਦਿਓ 1 ਸਾਲ ਤੁਸੀਂ ਫਾਦਰ ਤਿਆਰ ਹੋ ਗਏ ਸੀ ਉਹ 1 ਸਾਲ ਦੇਣ ਨੂੰ ਸਰ ਜਿੱਦਣ ਮੈਂ ਜਾਣਾ ਸੀਗਾ ਚੰਡੀਗੜ੍ਹ ਸ਼ਿਫਟ ਹੋ ਗਏ ਸੀ ਪੀਜੀ ਤੁਸੀਂ ਹਾਂ ਹਾਂਜੀ ਮੈਂ ਪ੍ਰੀ ਤੋਂ ਬਾਅਦ ਸਰ ਮੇਰੇ ਫਰੈਂਡ ਨੇ ਦੱਸਿਆ ਕਿ ਗੁਰਿੰਦਰਪਾਲ ਸਰ ਨੇ ਉਹ ਗਰੀਬ ਬੱਚਿਆਂ ਨੂੰ ਫ੍ਰੀ 'ਚ ਕੋਚਿੰਗ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਹੈ ਸਰ ਉਹਨਾਂ ਦਾ ਕਿ ਉਹਨਾਂ ਨੇ ਮੇਰੀ ਜ਼ਿੰਦਗੀ ਸਾਡੀ ਸਾਰੀ ਪਰਿਵਾਰ ਦੀ ਜ਼ਿੰਦਗੀ ਬਦਲਤੀ ਅਤੇ ਉਹਨਾਂ ਨੇ ਸਰ ਪੀਜੀ ਦਾ ਖਰਚਾ ਵੀ ਉਹਨਾਂ ਨੇ ਦੇਣਾ ਕਈ ਵਾਰੀ ਰਾਸ਼ਨ ਘੱਟ ਜਾਣਾ ਸਰ ਨੇ ਆਪਦੇ ਕੋਲੋਂ ਸਬਜ਼ੀਆਂ ਲੈ ਕੇ ਦੇ ਦੇਣੀਆਂ ਤੇਲ ਦੀ ਬੋਤਲ ਲੈ ਕੇ ਦੇ ਦੇਣੀ ਆਟਾ ਪਰਮਿੰਦਰ ਆਟਾ ਪਿਆ ਏ ਤੂੰ ਆਟਾ ਲੈ ਜਾ ਪੀਜੀ ਵਾਸਤੇ ਉੱਥੇ ਤੁਸੀਂ ਹਾਂਜੀ ਹਾਂਜੀ ਸਰ ਅੱਛਾ ਫਾਦਰ ਨੇ ਜਦੋਂ ਤੁਸੀਂ ਕਿਹਾ ਵੀ ਬਾਹਰ ਜਾਣਾ ਫਾਦਰ ਨੇ ਰੋਕਿਆ ਨਹੀਂ ਵੀ ਮੈਂ ਨਹੀਂ ਜਾਣ ਦੇਣਾ ਕਿਉਂਕਿ ਠੀਕ ਹੈ ਕਿਤੇ ਨਾ ਕਿਤੇ ਅਸੀਂ ਸਮਝ ਸਕਦੇ ਹਾਂ ਮਾਨਸਿਕਤਾ ਵੀ ਇੱਕ ਚੀਜ਼ ਆ ਡਰ ਜ਼ਰੂਰ ਹੁੰਦਾ ਆ ਉਸ ਚੀਜ਼ ਨੂੰ ਲੈ ਕੇ ਸਰ ਸਾਡੇ ਘਰੇ ਬਹੁਤ ਕਲੇਸ਼ ਹੋ ਗਿਆ ਸੀ ਘਰਦੇ ਕਹਿੰਦੇ ਸੀਗੇ ਨਹੀਂ ਜਾਣਾ ਕੀ ਕਰਨਾ ਤੂੰ ਕੀ ਕਰੇਂਗੀ ਠੀਕ ਹੈ ਲੋੜ ਨਹੀਂ ਹੈਗੀ ਕੋਈ ਹੈ ਨਾ ਕਰਨੇ ਦੀ ਘਰੇ ਬਹਿ ਕੇ ਕਿੰਨੇ ਲੋਕ ਘਰੇ ਬਹਿ ਕੇ ਕਰ ਲੈਂਦੇ ਨੇ ਤੂੰ ਘਰੇ ਬਹਿ ਕੇ ਕਰ ਲਾ ਮੈਨੂੰ ਪਤਾ ਸੀ ਸਰ ਉਹ ਮੇਰੇ ਤੋਂ ਨਹੀਂ ਹੋਣਾ ਸੀਗਾ ਕਿਉਂਕਿ ਮੇਰੇ ਕੋਲ ਉਹ ਕਿਤਾਬਾਂ ਵੀ ਪੂਰੀਆਂ ਨਹੀਂ ਸੀਗੀਆਂ ਅਤੇ ਉਹ ਐਵੇਂ ਘਰੇ ਬਹੁਤ ਕਲੇਸ਼ ਹੋਇਆ ਪਰ ਮੈਂ ਥੋੜ੍ਹੀ ਸ਼ੁਕਰ ਹੈ ਮੈਂ ਉਸ ਮਾਮਲੇ ਨੂੰ ਲੈ ਕੇ ਜਿੱਦੀ ਹੋ ਗਈ ਸੀ
ਤੇ ਮੈਂ ਸਾਫ ਸਾਫ ਕਹਿ ਦਿੱਤਾ ਸੀ ਕਿ ਨਹੀਂ ਮੈਂ ਜਾਣਾ ਏ। ਫਿਰ ਮੈਂ ਆਪਦੀ ਮੰਮਾ ਦੀਆਂ ਮਿੰਨਤਾਂ ਕਰੀਆਂ ਸਾਈਡ 'ਤੇ, ਮੰਮੀ ਪਲੀਜ਼ ਜਾਣ ਦੇ, ਮੈਨੂੰ ਇੱਕ ਸਾਲ ਦੇ ਦੇ, ਜੇ ਮੈਂ ਕੁਛ ਬਣ ਗਈ ਠੀਕ ਹੈ, ਨਹੀਂ ਫਿਰ ਮੈਂ ਕਿਹਾ ਮੈਂ ਦੁਬਾਰਾ ਕੋਲ ਸੈਂਟਰ 'ਚ ਜੋਬ ਕਰਕੇ ਮਹੀਨੇ ਦੇ 10-12 ਹਜ਼ਾਰ ਰੁਪਇਆ ਮੈਂ ਕਮਾਇਆ ਕਰੂੰਗੀ, ਵੀ ਆਪਾਂ ਕਰ ਲਾਂਗੇ ਹੈ ਨਾ ਉਹ ਵਾਲੀ ਚੀਜ਼। ਅਤੇ ਮੰਮੀ ਮੰਨ ਗਏ, ਕਹਿੰਦੇ ਕੋਈ ਮੰਨੇ ਨਾ ਮੰਨੇ, ਮੈਂ ਕਹਿ ਰਹੀ ਹਾਂ ਤੈਨੂੰ ਤੂੰ ਜਾ। ਕਿਆ ਬਾਤ ਹੈ, ਮਾਤਾ ਦਾ ਸੰਘਰਸ਼ ਪੂਰਾ ਨਾਲ ਰਿਹਾ, ਪਰ ਸੰਘਰਸ਼ ਦੀ ਕਹਾਣੀ ਹਜੇ ਮੁੱਕੀ ਨਹੀਂ ਹੈ। ਪਰਮਿੰਦਰ ਦੇ ਸੰਘਰਸ਼ ਦੀ ਕਹਾਣੀ ਜਾਂ ਪਰਮਿੰਦਰ ਦੇ ਬੈਰੀਕੇਡ ਹਜੇ ਹੋਰ ਬਹੁਤ ਨੇ, ਪਰ ਜਦੋਂ ਖੁਸ਼ੀਆਂ ਦੀ ਗੱਲ ਕਰਦੇ ਹਾਂ ਤਾਂ ਪਰਮਿੰਦਰ ਦੇ ਇਸ ਪੂਰੇ ਪਿੰਡ 'ਚ, ਕੈਲੋ ਪਿੰਡ 'ਚ ਖੁਸ਼ੀਆਂ ਨੇ, ਅਤੇ ਉਹ ਖੁਸ਼ੀਆਂ ਵੀ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੇ ਹਾਂ। ਪਰਮਿੰਦਰ ਦੀ ਜ਼ਿੰਦਗੀ ਸੰਘਰਸ਼ ਭਰੀ ਰਹੀ ਆ, ਪਰਮਿੰਦਰ ਨੇ ਸਾਨੂੰ ਛੋਟੇ ਛੋਟੇ ਕਿੱਸੇ ਆਪਣੀ ਕਹਾਣੀ 'ਚ ਹੁਣ ਤੱਕ ਸੁਣਾਏ ਨੇ। ਅਤੇ ਮੇਰੇ ਨਾਲ ਇਸ ਵਕਤ ਪਰਮਿੰਦਰ ਦੇ ਫਾਦਰ ਨੇ, ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਕਹਾਂਗੇ ਜ਼ਰੂਰ ਪਰਮਿੰਦਰ ਨੂੰ ਮਜ਼ਬੂਤ ਕੀਤਾ, ਸੁਰਮੁਖ ਸਿੰਘ ਜੀ ਨੇ। ਅੱਛਾ, ਕੱਲ੍ਹ ਜਦੋਂ ਧੀ ਨੇ ਦੱਸਿਆ ਵੀ ਬਾਪੂ ਮੈਂ ਜੱਜ ਬਣ ਗਈ, ਪਰਸੋਂ ਦੱਸਿਆ, ਕਿੰਨੀ ਖੁਸ਼ੀ ਹੋਈ ਅਤੇ ਕਿਵੇਂ? ਬਹੁਤ ਜ਼ਿਆਦਾ ਖੁਸ਼ੀ, ਆਪਣੇ ਆਪ ਖੁਸ਼ੀ, ਇੰਨੀ ਖੁਸ਼ੀ ਹੋਈ, ਇੰਨੀ ਖੁਸ਼ੀ ਹੋਈ। ਕਿੰਨੇ ਚਿਰ ਤੋਂ ਨੌਕਰੀ ਕਰ ਰਹੇ ਹੋ ਸਿਕਿਉਰਟੀ ਗਾਰਡ ਦੀ? 15-16 ਸਾਲ। ਕਿੰਨੀ ਕੁ ਤਨਖਾਹ ਮਿਲਦੀ ਸੀ? ਸਾਰਾ ਹੀ 11.5। ਅੱਛਾ, 12 ਬਸ। ਘਰ ਦਾ ਗੁਜ਼ਾਰਾ ਵੀ ਬਹੁਤ ਔਖਾ ਆ, ਕਬੀਲਦਾਰੀਆਂ ਬਹੁਤ ਆ? ਨਹੀਂ, ਐਸੇ ਤਾਂ ਥੋੜ੍ਹਾ ਬਹੁਤ ਕਰੀ ਜਾਂਦੇ ਪਿੱਛੇ ਨਿਆਣੇ, ਠੀਕ ਹੈ, ਤਾਂ ਗੁਜ਼ਾਰਾ ਚੱਲੀ ਜਾਂਦਾ ਸੀ। ਅੱਛਾ, ਮੈਨੂੰ ਨਾ ਪਰਮਿੰਦਰ ਦੱਸਦੀ ਪਈ ਸੀ ਵੀ ਕਦੇ ਕਦੇ ਬਾਪੂ ਜੀ ਨੇ ਖਿੱਚ ਜਾਣਾ, ਮੈਨੂੰ ਬਾਹਰ ਜਾਣ ਨਹੀਂ ਦਿੰਦੇ ਸੀਗੇ। ਨਹੀਂ ਜਾਣ ਦਿੰਦਾ ਮੈਂ ਕਿਸੇ ਵੀ ਨਿਆਣੇ ਨੂੰ, ਮੇਰਾ ਇੰਨਾ ਕੰਟਰੋਲ ਤਾਂ ਹਰ ਇੱਕ ਨਿਆਣਾ, ਇੱਕ ਤਾਂ ਸਾਡੇ ਕੋਲ ਮੋਬਾਈਲ ਨਹੀਂ ਚਲਾਉਣਾ, ਅੱਛਾ, ਇੱਕ ਬਾਹਰ ਖਾਣਾ ਨਹੀਂ, ਅੱਛਾ, ਇਹ ਮੇਰਾ ਕੰਟਰੋਲ ਤਾਂ ਪਹਿਲਾਂ। ਪਰ ਅੱਜ ਕੁੜੀ ਜੱਜ ਬਣ ਗਈ, ਹੁਣ ਵੀ ਕੰਟਰੋਲ ਨਹੀਂ ਰਹੇਗਾ ਜਦ ਤੱਕ, ਅਜੇ ਮੇਰੇ ਵਾਸਤੇ ਨਿਆਣੇ ਹੀ ਆ। ਨਹੀਂ, ਨਿਆਣੇ ਤਾਂ ਹੈ, ਪਰ ਅੱਜ ਜੇ ਪਰਮਿੰਦਰ ਜੱਜ ਬਣੀ ਆ ਤਾਂ ਅੱਗੇ ਆਪਾਂ ਮੰਨ ਲਈਏ ਵੀ ਪਰਿਵਾਰ ਨੂੰ ਬਹੁਤ ਸੁੱਖ ਹੋ ਜਾਣਾ, ਸੁੱਖ ਹੋ ਜਾਣਾ। ਵੈਸੇ ਹੈ ਨਿਆਣੇ ਆ, ਕੰਟਰੋਲ ਉਨਾ ਹੀ ਰਹੇਗਾ, ਕੰਟਰੋਲ ਉਨਾ ਹੀ ਰਹੇਗਾ। ਧੀ ਪੁੱਤ ਕਿਤੇ ਮਾੜੀ ਸੰਗਤ 'ਚ ਨਾ ਪਵੇ, ਇਹ ਕੰਟਰੋਲ ਚਾਹੀਦਾ। ਕੋਈ ਨਹੀਂ ਪੈਂਦਾ ਜੀ, ਮੇਰੇ 5 ਨਿਆਣੇ 5 ਕੋਈ ਨਹੀਂ ਪਿਆ। ਅੱਛਾ, ਮੈਨੂੰ ਐਂ ਦੱਸੋ ਵੀ ਕੱਲ੍ਹ ਜਦੋਂ ਖੁਸ਼ੀ ਤਾਂ ਬਹੁਤ ਹੋਈ, ਪਰ ਉਹ ਖੁਸ਼ੀ ਬਿਆਨ ਕਿਵੇਂ ਕੀਤੀ ਜਦੋਂ ਧੀ ਦੇ ਸਿਰ 'ਤੇ ਹੱਥ ਰੱਖਿਆ ਵੀ ਧੀਏ ਕਮਾਲ ਹੋ ਗਈ, ਇਹ ਤਾਂ ਸਾਡੇ ਘਰ 'ਚ ਵੀ ਜੱਜ ਬਣਿਆ, ਮਤਲਬ ਸਵਾਦ ਆ ਗਿਆ ਹੁਣ? ਇਹ ਪਹਿਲਾਂ ਦੀ ਮੇਰੀ ਆਸ ਸੀ। ਅੱਛਾ, ਵੀ ਮੇਰੇ ਘਰ ਮਾਂ ਕੋਈ ਅਫਸਰ ਬਣੇ ਨੇ, ਅਫਸਰ ਬਣੇ ਪਹਿਲਾਂ ਦੇ ਬਹੁਤ ਚਿਰ ਧੀ ਨੇ ਪੂਰੀ ਕਰਤੀ। ਅੱਗੇ ਮੈਨੂੰ ਲੱਗਦਾ ਹੋਰ ਰਾਹ ਖੁੱਲ੍ਹ ਗਏ। ਅੱਛਾ, ਮਾਤਾ ਜੀ ਕੁਲਦੀਪ ਕੌਰ ਜੀ ਨਾਲ ਨੇ। ਮਾਤਾ ਜੀ, ਲੋਕਾਂ ਘਰੇ ਕੰਮ ਕਰਨਾ ਹੈ ਨਾ, ਦਾਈ ਦਾ ਕੰਮ ਕਰਨਾ, ਮੈਨੂੰ ਪਰਮਿੰਦਰ ਦੱਸ ਰਹੀ ਸੀ ਕਿ ਮੈਨੂੰ ਨਾ ਉਹ ਚੀਜ਼ ਬੜੀ ਭੈੜੀ ਲੱਗਦੀ ਜਦੋਂ ਸੂਟ ਆਉਂਦੇ ਸੀ, ਦਾਈ ਵਾਲੇ ਸੂਟ ਆਉਂਦੇ ਸੀ। ਹੁਣ ਪਰਮਿੰਦਰ ਉਹ ਭਾਵੁਕ ਹੋ ਗਈ ਉਹ ਗੱਲਾਂ ਯਾਦ ਕਰਕੇ, ਕਹਿੰਦੀ ਵੀ ਹੁਣ ਉਹ ਕੰਮ ਛਡਾ ਦੇਣਾ ਮੈਂ। ਕੋਈ ਨਾ ਜੀ, ਛੱਡਣੇ ਦਾ ਤਾਂ ਕੋਈ ਕੰਮ ਹੈ ਨਹੀਂ, ਦੇਖੋ ਇਹ ਤਾਂ ਲੋਕਾਂ ਦੀ ਭਲਾਈ ਵਾਸਤੇ ਆ, ਹੈ ਨਾ, ਤਾਂ ਇਹ ਮੈਨੂੰ ਬਹੁਤ ਚੰਗਾ ਲੱਗਦਾ ਜੀ ਕੰਮ ਕਰਨਾ, ਹੈ ਨਾ। ਹਾਂਜੀ, ਵੀ ਲੋਕਾਂ ਦਾ ਕਿਸੇ ਦਾ ਭਲਾ ਹੋਵੇ, ਜੇ ਕੋਈ ਗਰੀਬ ਆ ਉਹਨੂੰ ਮੈਂ ਕੁਛ ਨਹੀਂ ਤੇ ਆਪਣਾ ਖਾਲੀ ਆ ਜਾਊਂਗੀ, ਹੈ ਨਾ, ਘਰ ਨੂੰ। ਹਾਂ, ਜਿਹੜਾ ਅਗਲੇ ਨੇ ਖੁਸ਼ੀ ਨੇ ਦੇ ਤਾਂ ਠੀਕ ਆ, ਨਹੀਂ ਤਾਂ ਵੀ ਬਸ ਠੀਕ ਆ, ਵੀ ਘਰ ਨੂੰ ਖਾਲੀ ਆ ਜਾਊਂਗੀ। ਇਹ ਗਰੀਬ ਆ ਨਾ ਬਹੁਤ, ਕੋਈ ਨਹੀਂ, ਮੈਨੂੰ ਕੋਈ ਨਹੀਂ ਫਰਕ ਪੈਂਦਾ, ਵੀ ਕੋਈ ਨਾ ਮੇਰੇ ਬੱਚਿਆਂ ਨੂੰ ਤਾਂ ਮੈਂ ਗੁਜ਼ਾਰਾ ਕਰਕੇ ਦਿਓ ਦੇਣਾ, ਹੈ ਨਾ, ਤਾਂ ਇੱਧਰ ਦੇ ਨਹੀਂ ਉੱਧਰ ਦੇ ਹੋ ਜਾਣਾ, ਤਾਂ ਕਿਸੇ ਦੇ ਭਾਂਡੇ ਮਿਲ ਗਏ, ਕਿਸੇ ਦੇ ਘਰ ਡੈਥ ਹੋ ਗਈ, ਉਹਨਾਂ ਦੇ ਵੀ ਘਰ ਕੰਮ ਕਰਕੇ ਆਉਣਾ, ਹੈ ਨਾ, ਤਾਂ ਉਹਨਾਂ ਨੇ ਫਿਰ ਜਿਹੜੇ ਹੁਣ ਖੁਸ਼ੀ ਦੇ ਨਾਲ ਮੈਨੂੰ ਆਪਣੇ ਆਪ ਬੁਲਾਉਂਦੇ ਨੇ, ਜੇ ਮੈਂ ਨਹੀਂ ਜਾਂਦੀ ਤਾਂ ਮੇਰੇ ਘਰ ਆ ਕੇ ਗੁੱਸੇ ਹੁੰਦੇ ਨੇ। ਅੱਛਾ, ਤੁਸੀਂ ਕਹਿੰਦੇ ਹੋ ਵੀ ਹਜੇ ਵੀ ਤੁਸੀਂ ਕੰਮ ਕਰੋਗੇ ਇਹ ਅੱਗੇ? ਹਾਂਜੀ, ਇਹ ਕੰਮ ਜੀ, ਜੱਜ ਦੀ ਮਾਂ ਹੋ ਕੇ ਵੀ ਕੰਮ ਕਰੋਗੇ? ਹਾਂਜੀ ਹਾਂਜੀ, ਮੈਂ ਇਹ ਕੰਮ ਨਹੀਂ ਛੱਡ ਸਕਦਾ। ਸਿੱਧਕ ਆ ਤੁਹਾਡਾ? ਹਾਂਜੀ ਹਾਂਜੀ। ਪਰਮਿੰਦਰ ਕੀ ਕਹਿਣਾ ਵੀ ਤੁਹਾਡੀ ਮਾਤਾ ਦਾ ਸਿੱਧਕ ਆ, ਉਹ ਕਹਿੰਦੇ ਵੀ ਮੈਂ ਕੰਮ ਨਹੀਂ ਛੱਡਣਾ, ਲੋਕਾਂ ਦੀ ਭਲਾਈ ਦਾ ਕੰਮ ਆ, ਮੈਂ ਕੰਮ ਕਰਦੇ ਰਹਿਣਾ। ਅੱਛਾ, ਨਾ ਹੀ ਅੱਛਾ ਭਾਵੁਕ ਸਾਰੇ ਹੀ ਹੋ, ਅਤੇ ਬਾਪੂ ਵੀ ਕਹਿੰਦੇ ਕਹਿੰਦੇ ਕੰਮ ਮੈਂ ਵੀ ਨਹੀਂ ਛੱਡਣਾ ਇਹ। ਸਰ, ਮੰਮੀ ਉਨੀ ਡੈਡੀ ਉਨੀ ਜਿਵੇਂ ਕਰਨਾ ਚਾਹੁੰਦੇ ਨੇ, ਪਰ ਹੁਣ ਜਦੋਂ ਕਿਸੇ ਦੇ ਘਰ ਜਾਣਗੇ ਤਾਂ ਉਹ ਇੱਜ਼ਤ ਨਾਲ ਦੇਖਣਗੇ। ਪਹਿਲਾਂ ਕਿਉਂਕਿ ਮੈਂ ਵੀ ਜਾਂਦੀ ਰਹੀ, ਉਹ ਇੱਜ਼ਤ ਨਹੀਂ ਦਿੰਦੇ ਸੀਗੇ। ਮੈਂ ਮੰਮੀ ਨੂੰ ਵੈਸੇ ਆਪਦੇ ਨਾਲ ਹੀ ਲੈ ਜਾਣਾ, ਆਪਾਂ ਇੱਥੇ ਛੱਡਣਾ ਨਹੀਂ ਹੈ ਪਿੰਡ 'ਚ। ਲੋਕਾਂ ਦੇ ਨਾ ਮਿਹਣੇ ਬਹੁਤ ਕੰਮ ਕਰ ਜਾਂਦੇ ਨੇ, ਇਹ ਮਿਲਦੇ ਰਹੇ ਮਿਹਣੇ ਲੋਕਾਂ ਦੇ, ਕਿਤੇ ਨਾ ਕਿਤੇ ਅਫਸੋਸ ਤਾਂ ਹੁੰਦਾ ਹੋਊ, ਕਚੀਚੀ ਨਹੀਂ ਆਉਂਦੀ ਹੁੰਦੀ ਜਦੋਂ ਲੋਕ ਮਿਹਣੇ ਦਿੰਦੇ ਨੇ ਤੰਗ ਕਰਦੇ। ਇੱਕ ਗੱਲ ਤਾਂ ਆਏ, ਮੈਂ ਕਿਸੇ ਨਾਲ ਲੜੀ ਨਹੀਂ, ਜੇ ਕਿਸੇ ਨੇ ਨਹੀਂ ਬੋਲਣਾ ਨਾ ਬੋਲੋ, ਹੈ ਨਹੀਂ, ਉਹ ਆਪਣੀ ਮਰਜ਼ੀ 'ਤੇ ਆਪ ਬੁਲਾਉਣ ਲੱਗ ਜਾਣਗੇ, ਪਰ ਮੈਂ ਅੱਜ ਤੱਕ ਜਿੱਦਣ ਦੀ ਮੈਂ ਆਈ ਹਾਂ ਮੈਂ ਕਿਸੇ ਨਾਲ ਬਾਹਰ ਖੜ ਕੇ ਨਹੀਂ ਲੜੀ ਨਹੀਂ।
बापू ने तो बाहर जाने तो रोक लिया, माता ने स्टैंड ले लिया भी सालक हैगा भी कुड़िए तू जो करना कर ला मैं तेरे नाल खड़ी। हाँ जी हाँ जी, मैं कह कहंदी भी मैं तो करना है, मैं तू कर मैं तेनू जिहड़ी तेरा खर्चा होगा मैं दऊंगी। ਤਾਂ ਇਹਦੀ ਸਿਸਟਰ ਬੜੀ ਉਹ ਇਹਦੀ ਮਦਦ ਕਰ ਰਹੇ ਨੇ ਜੀ ਬਹੁਤ ਜ਼ਿਆਦਾ, ਹੈ ਨੀ, ਉਹ ਇਹਨੂੰ ਜਿਹੜਾ ਕੁਛ ਮੰਗਦੀ ਆ ਤਾਂ ਉਹ ਦਿੰਦੇ ਨੇ ਜਦ ਭੇਜਦੇ ਨੇ। ਪਰਮਿੰਦਰ ਲੋਕਾਂ ਦੇ ਮਿਹਣੇ ਤਾਨੇ ਇਹ ਕਿੰਨਾ ਕੁ ਕੰਮ ਕਰ ਗਏ ਇਹ? ਮੈਨੂੰ ਲੱਗਦਾ ਸਰ ਇਹੀ ਜ਼ਿਆਦਾ ਕੰਮ ਕਰ ਗਏ ਨੇ, ਕਿਉਂਕਿ ਇੱਕ ਤਾਂ ਮੇਨ ਇਹ ਮਿਹਣਾ ਹੁੰਦਾ ਸੀ ਕਿ ਪੜ੍ਹ ਕੇ ਕਰਿਆ ਕੀ ਹੈ, ਕੱਖ ਖੋਤਦੀ ਫਿਰਦੀ ਹਾਂ। ਸੈਕਿੰਡਲੀ ਸਰ ਮੈਂ ਨਾ 2-3 ਰੁਪਏ ਵਾਲਾ ਉਹ ਪੈੱਨ ਮਿਲਦਾ ਹੁੰਦਾ ਏ ਜਿਹੜੇ ਲਾਈਨਾਂ ਜੀ ਵਾਲੀ ਪੈੱਨ ਹੁੰਦੇ ਆ, ਲਾਲ ਪੀਲੇ ਰੰਗ ਦੇ। ਹਾਂਜੀ ਹਾਂਜੀ, ਅਤੇ ਮੈਂ ਨਾ ਸਰ ਉਹ ਪੈੱਨ ਹੀ ਖਰੀਦਦੀ ਹੁੰਦੀ ਸੀਗੀ, ਅਤੇ ਮੈਂ ਦੁਕਾਨ 'ਚ ਖੜੀ ਇੱਕ ਵਾਰੀ ਪੈੱਨ ਲੈ ਰਹੀ ਪਿੰਡ ਦੀ ਦੁਕਾਨ ਤੋਂ ਹੀ, ਅਤੇ ਨਾਲ ਦੇ ਕੋਈ ਹੈਗੇ ਨੇ ਮੈਂ ਨਾਂ ਨਹੀਂ ਲੈਣਾ, ਅਤੇ ਉਹਨਾਂ ਨੇ ਤਾਨਾ ਮਾਰਿਆ ਕਹਿੰਦੇ 2-2 ਰੁਪਏ ਵਾਲੀ ਪੈੱਨਾਂ ਨਾਲ ਕੀ ਬਣ ਜੂੰਗੀ, ਅਤੇ ਉਹ ਵਾਲੀ ਗੱਲ ਮੈਨੂੰ ਉਸ ਦਿਨ ਜਦੋਂ ਵੀ ਮੈਂ ਉਹ ਪੈੱਨ ਚੱਕ ਕੇ ਲਿਖਦੀ ਸੀਗੀ ਉਹ ਮੈਨੂੰ ਯਾਦ ਆਉਂਦੀ ਸੀਗੀ, ਅਤੇ ਮੈਂ ਜਿੱਥੇ 4 ਘੰਟੇ ਪੜ੍ਹਨਾ ਹੁੰਦਾ ਸੀਗਾ ਮੈਂ 5 ਘੰਟੇ ਲਾ ਦਿੰਦੀ ਸੀਗੀ ਕਿ ਲਿਖੀ ਚੱਲ ਤੂੰ ਇਹ ਪੈੱਨ ਹੀ ਉਹ ਕਰਨਗੇ, ਅਤੇ ਹੋਪ ਸੋ ਮੈਂ ਜਦੋਂ ਜੱਜ ਦੀ ਕੁਰਸੀ 'ਤੇ ਬੈਠਾਂਗੀ ਮੈਂ ਆਪਦਾ ਉਹ 2 ਰੁਪਏ ਵਾਲਾ ਪੈੱਨ ਲੈ ਕੇ ਹੀ ਬੈਠਾਂਗੀ ਸਰ। ਪਰਮਿੰਦਰ ਜੱਜ ਬਣੋਗੇ ਹੈ ਨਾ, ਜੱਜ ਦੀ ਕੁਰਸੀ 'ਤੇ ਬੈਠਣਾ, ਬੜੀਆਂ ਉਮੀਦਾਂ ਨੇ, 5 ਕਰੋੜ ਕੇਸ ਇੰਡੀਆ ਦੇ ਵਿੱਚ ਪੈਂਡਿੰਗ ਪਿਆ, ਕੀ ਦਿਲ 'ਚ ਤਾਂਘ ਰਹੂਗੀ ਵੀ ਕਿੱਦਾਂ ਦੇ ਫੈਸਲੇ ਕਰਨੇ ਆ, ਕਿੱਦਾਂ ਦੀਆਂ ਲੋਕਾਂ ਨੂੰ ਇਨਸਾਫ ਦਿਵਾਉਣਾ? ਸਰ ਜਿਵੇਂ ਮੈਂ ਦੱਸਿਆ ਮੇਰੇ ਕੋਲ ਇਨਰੋਲਮੈਂਟ ਦੇ ਪੈਸੇ ਨਹੀਂ ਸੀਗੇ, ਅਤੇ ਮੈਂ ਇੰਟਰਨਸ਼ਿਪ ਲਈ ਕੋਰਟ ਜਾਂਦੀ ਸੀ, ਉੱਥੇ ਸਾਡੇ ਵਰਗੇ ਗਰੀਬ ਲੋਕ ਆ ਕੇ ਜੱਜਿਸ ਵੱਲ ਦੇਖਦੇ ਹੁੰਦੇ ਸੀ ਕਿ ਸ਼ਾਇਦ ਅੱਜ ਸਾਨੂੰ ਰਿਲੀਫ ਮਿਲ ਜਾਏਗਾ ਅਤੇ ਅਸੀਂ ਆਪਦੇ ਘਰ ਖੁਸ਼ੀ ਖੁਸ਼ੀ ਜਾਵਾਂਗੇ, ਸਾਡੇ ਕੇਸ ਦਾ ਨਿਪਟਾਰਾ ਹੋ ਜਾਏਗਾ। ਇੱਕ ਤਾਂ ਸਰ ਉਹ ਵਾਲੀ ਚੀਜ਼ ਦਾ ਮੈਂ ਧਿਆਨ ਰੱਖਾਂਗੀ ਕਿ ਲਾਈਕ ਜਦੋਂ ਅਨਪੈਂਡੈਂਸੀ ਬਹੁਤ ਹੈ ਜੁਡੀਸ਼ਰੀ 'ਚ, ਅਤੇ ਮੈਂ ਕੋਸ਼ਿਸ਼ ਕਰਾਂਗੀ ਕਿ ਜਿੰਨਾ ਜ਼ਿਆਦਾ ਹੋ ਸਕੇ ਮੈਂ ਵੱਧ ਤੋਂ ਵੱਧ ਕੇਸਿਸ ਡੀਲ ਕਰਾਂ ਅਤੇ ਉਹਨਾਂ ਲੋਕਾਂ ਨੂੰ ਰਿਲੀਫ ਦੇ ਸਕਾਂ। ਹੁੰਦਾ ਸੀ ਸਰ ਕਿੰਨੇ ਕਿੰਨੇ ਸਾਲ ਕੇਸ ਐਵੇਂ ਪਏ ਰਹਿੰਦੇ ਨੇ, ਲੋਕ ਗੁਜ਼ਰ ਜਾਂਦੇ ਨੇ ਪਰ ਉਹਨਾਂ ਦੇ ਕੇਸ ਨਹੀਂ ਡਿਸਾਈਡਡ ਹੁੰਦੇ। ਪਹਿਲਾਂ ਮੇਰਾ ਏਮ ਇਹ ਰਹੇਗਾ ਸਰ, ਸੈਕਿੰਡਲੀ ਸਾਡੇ ਗੁਰਿੰਦਰਪਾਲ ਸਰ ਨੇ ਸਰ ਉਹ ਓਥ ਦਿਲਾਉਂਦੇ ਨੇ ਇੰਟੀਗ੍ਰਿਟੀ ਦੀ, ਉਹ ਹਰੇਕ ਬੱਚੇ ਨੂੰ ਸਰ ਸਾਡਾ ਉੱਥੇ ਇਹ ਹੁੰਦਾ ਸੀਗਾ ਕਿ ਜਿਸ ਦਿਨ ਤੁਹਾਡੇ ਦਿਲ ਵਿੱਚ ਬੇਈਮਾਨੀ ਆਈ ਆਪਦੇ ਪ੍ਰੋਫੈਸ਼ਨ ਦੇ ਪ੍ਰਤੀ ਤੁਸੀਂ ਇਮਾਨਦਾਰ ਨਹੀਂ ਹੋਏ, ਪਹਿਲੀ ਗੋਲੀ ਮੈਂ ਤੁਹਾਨੂੰ ਮਾਰ ਦਾਂਗਾ, ਦੂਜੀ ਮੈਂ ਖੁਦ ਨੂੰ ਮਾਰਾਂਗਾ, ਨਹੀਂ ਤਾਂ ਜਦੋਂ ਮੈਨੂੰ ਕੁਛ ਹੋ ਗਿਆ ਉਦੋਂ ਤੁਸੀਂ ਕੁਛ ਕਰ ਲਿਓ, ਪਰ ਇਹ ਕਦੇ ਆਉਣਾ ਨਹੀਂ ਚਾਹੀਦਾ ਤੁਹਾਡੇ ਵਿੱਚ, ਬੇਈਮਾਨੀ ਨਹੀਂ ਹੋਣੀ ਚਾਹੀਦੀ। ਅਤੇ ਸਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਇਮਾਨਦਾਰੀ ਨਾਲ ਜੋ ਵੀ ਮੇਰੇ ਕੋਲ ਆਵੇ ਉਹਨਾਂ ਦੇ ਜੋ ਜਿੰਨਾ ਕੁ ਮੈਂ ਕਰ ਸਕਦੀ ਹਾਂ ਲੋਅ ਦੇ ਰੈਲਮ 'ਚ ਰਹਿ ਕੇ, ਸਰ ਉਹ ਤੋਂ ਬਾਹਰ ਨਹੀਂ ਆਪਾਂ ਜਾ ਸਕਦੇ, ਉਹ ਪਹਿਲਾਂ ਹੀ ਸਰ ਸਾਡੇ ਲਈ, ਅਤੇ ਜਿੱਦਾਂ ਵੀ ਸਾਡਾ ਲੋਗ ਜੋ ਵੀ ਕਹਿੰਦਾ ਹੈ ਉਹਦੇ ਅਕੋਰਡਿੰਗਲੀ ਜਿੰਨਾ ਮੈਂ ਕਰ ਪਾਵਾਂ ਸਰ ਮੈਂ ਉਹਨਾਂ ਲੋਕਾਂ ਲਈ ਕਰਨਾ ਚਾਹਾਂਗੀ ਜੀ। ਇਹ ਸੁਪਨੇ ਨੇ ਪਰਮਿੰਦਰ ਦੇ ਅਤੇ ਉਮੀਦਾਂ 'ਤੇ ਖਰਾ ਉਤਰਨਾ ਚਾਹੁੰਦੀ ਹੈ, ਬੇਸ਼ੱਕ ਘਰੋਂ ਵੀ ਔਕੜਾਂ ਮਿਲੀਆਂ ਪਰਮਿੰਦਰ, ਔਕੜਾਂ ਸਾਰੀਆਂ 'ਚ ਪਾਰ ਹੋ ਗਈਆਂ, ਬਾਪੂ ਜੀ ਪੂਰੇ ਖੁਸ਼ ਨੇ, ਮਾਤਾ ਪੂਰੀ ਖੁਸ਼ ਹੈ, ਪਰ ਉਹ ਕਹਿੰਦੇ ਵੀ ਅਸੀਂ ਆਪਦੇ ਜਿਹੜਾ ਕਿਰਤ ਆ ਉਹ ਨਹੀਂ ਛੱਡਣੇ, ਅਸੀਂ ਕਰਮ ਆਪਦੇ ਉਵੇਂ ਕਰਦੇ ਰਹਿਣਾ ਹੈ, ਉਹ ਕਰਮ ਵੀ ਨੇ ਕਿਤੇ ਨਾ ਉਹ ਕਿਰਤਾਂ ਨੇ ਜਿਨ੍ਹਾਂ ਨੇ ਸਿਦਕ ਨੇ ਤੁਹਾਨੂੰ ਐਡਾ ਵੱਡਾ ਕੀਤਾ। ਸੋ ਪਰਮਿੰਦਰ ਆਖਰੀ ਸਵਾਲ ਹੈ, ਹੌਸਲਾ ਕਿਵੇਂ ਦਿੰਦੇ ਉਹਨਾਂ ਲੋਕਾਂ ਨੂੰ ਜਿਹੜੇ ਸੋਚਦੇ ਨੇ ਕਿ ਪੈਸਾ ਰਿਸ਼ਵਤ ਹੀ ਸਾਰਾ ਕੁਛ ਹੁੰਦਾ, ਇਹ ਕੋਲ ਹੋਊਗਾ ਤਾਂ ਕੰਮ ਹੋਊਗਾ ਨਹੀਂ ਤਾਂ ਕੁਝ ਵੀ ਨਹੀਂ ਹੋਣਾ? ਉਹਨਾਂ ਸਭ ਨੂੰ ਮੈਂ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਅਗਰ ਆਪਣੇ ਹੱਥ ਪੜ੍ਹਾਈ ਹੈ ਅਤੇ ਆਪਾਂ ਆਪਣੇ ਤੋਂ ਉੱਪਰ ਕੋਈ ਨਹੀਂ, ਪੈਸੇ ਦੀ ਕੋਈ ਵੈਲਿਊ ਨਹੀਂ ਹੈਗੀ। ਮੈਨੂੰ ਖੁਦ ਇੱਦਾਂ ਲੱਗਦਾ ਹੁੰਦਾ ਸੀਗਾ ਕਿ ਇਹ ਅਮੀਰ ਲੋਕਾਂ ਲਈ ਹੈ, ਅਸੀਂ ਗਰੀਬ ਕੁਛ ਨਹੀਂ ਕਰ ਸਕਦੇ, ਪਰ ਅੱਜ ਜਦੋਂ ਮੈਂ ਇਸ ਮੁਕਾਮ 'ਤੇ ਪਹੁੰਚ ਚੁੱਕੀ ਹਾਂ ਅਤੇ ਉਹ ਜਿਹੜੀ ਕੰਟੀਨਿਊਸਲੀ ਮੈਨੂੰ ਤਾਂਘ ਸੀਗੀ ਕਿ ਮੈਂ ਪੜ੍ਹਨਾ ਹੈ, ਮੈਂ ਗ੍ਰੈਜੂਏਸ਼ਨ ਪ੍ਰਾਈਵੇਟ ਕੀਤੀ, ਮੇਰਾ 4 ਸਾਲਾਂ ਦਾ ਗੈਪ ਸੀਗਾ ਅਤੇ ਮੈਨੂੰ ਨਹੀਂ ਪਤਾ ਸੀ ਲਾਈਫ ਕਿੱਧਰ ਨੂੰ ਜਾਂਦੀ ਪਈ ਆ, ਬਟ ਇੱਕ ਤਾਂਘ ਹੁੰਦੀ ਸੀ ਕਿ ਪਰਮਿੰਦਰ ਪੜ੍ਹ ਲੈ, ਪੜ੍ਹਾਈ ਨੇ ਤੈਨੂੰ ਪਾਰ ਲੰਘਾ ਦੇਣਾ, ਅੱਜ ਨਹੀਂ ਤਾਂ ਕੱਲ੍ਹ ਪੜ੍ਹਾਈ ਹੀ ਤੇਰਾ ਕੁਛ ਕਰੇਗੀ। ਅਤੇ ਉਹ ਵਾਲੀ ਚੀਜ਼ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ, ਪਲੀਜ਼ ਕੰਟੀਨਿਊ ਰੱਖੋ, ਆਪਦੇ ਸੁਪਨਿਆਂ 'ਤੇ ਯਕੀਨ ਰੱਖੋ, ਖੁਦ 'ਤੇ ਯਕੀਨ ਰੱਖੋ ਅਤੇ ਪੜ੍ਹਾਈ 'ਤੇ ਸਭ ਤੋਂ ਵੱਧ ਯਕੀਨ ਰੱਖੋ। ਪੜ੍ਹਾਈ 'ਤੇ ਸਭ ਤੋਂ ਵੱਧ ਯਕੀਨ ਰੱਖੋ, ਸਭ ਤੋਂ ਵੱਧ ਯਕੀਨ ਖੁਦ 'ਤੇ ਰੱਖੋ, ਕਿਉਂਕਿ ਖੁਦ ਹੀ ਅਸੀਂ ਲੜਕੇ
अपने लेखां नूं मोड़ सकते हैं, वह फैसले कर सकते हैं जो साडी जिंदगी लई बिल्कुल ढुकवें बिल्कुल सही होणगे। सो दोस्तों ये किस्सा एक कहानी परमिंदर कौर तौर तक सांझी कीती किवें गुरबत दी जिंदगी हंडाउंदे होए किवें स्ट्रगल करते हुए परमिंदर अज जज बनी है। ये मिसाल उन्हां लोकां दे लई है जिहड़े कहिंदे ने कि इत्थे कुछ नहीं, जिहड़े कहिंदे ने कि सानूं विदेश जाना चाहिए है, विदेश जाके ही असीं कुछ कर सकते हैं, जिहड़े कहिंदे ने कि बिना रिश्वत बिना पैसे कुछ नहीं होंदा। मैं सुरखाब अपने सहयोगी अमन ते जस्सी दे नाल रोज़ाना स्पोक्समैन